ਅੱਜਕੱਲ ਸੰਤ ਬਿਮਲਾ ਸਿੰਘ ਜੀ ਆਪਣੇ ਮਨ ਦੀ ਤਿਆਰੀ ਲਈ ਤੇ ਇਕਾਂਤ ਦਾ ਆਨੰਦ ਮਾਣਨ ਲਈ ਪਹਾੜ ਦੇ ਉੱਤੇ ਬਿਲਕੁਲ ਜੰਗਲ ਇਲਾਕੇ ਵਿੱਚ ਕੁਝ ਸਮੇਂ ਲਈ ਬਿਰਾਜਮਾਨ ਨੇ। ਜਦੋਂ ਇੱਕ ਦਿਨ ਇੱਕ ਨੌਜਵਾਨ ਸਰਦਾਰ ਸੁਜਾਨ ਸਿੰਘ ਸੰਤ ਜੀ ਹੋਰਾਂ ਨੂੰ ਲੱਭਦਿਆਂ ਲੱਭਦਿਆਂ ਸੰਤ ਜੀ ਹੋਰਾਂ ਤੱਕ ਆਣ ਪਹੁੰਚਿਆ। ਭਾਵੇਂ ਆਉਣ ਵੇਲੇ ਇਸ ਨੂੰ ਬੜੀ ਖੇਚਲ ਹੋਈ ਹੋਵੇਗੀ, ਕਿਉਂਕਿ ਸੰਤ ਜੀ ਹੋਰਾਂ ਨੂੰ ਲੱਭਦਿਆਂ ਲੱਭਦਿਆਂ ਬੜੀ ਮੁਸ਼ਕਲ ਨਾਲ ਉਹਨਾਂ ਦਾ ਪਤਾ ਲੱਗਾ। ਪਰ ਜਿਸ ਵੇਲੇ ਸੰਤ ਜੀ ਹੋਰਾਂ ਦੇ ਦਰਸ਼ਨ ਕੀਤੇ ਮਨ ਨਿਹਾਲ ਹੋ ਗਿਆ, ਬਹੁਤ ਪ੍ਰਸੰਨ ਹੋਇਆ। ਦਰਅਸਲ ਸਰਦਾਰ ਸੁਜਾਨ ਸਿੰਘ ਇੱਕ ਖਾਸ ਸੁਨੇਹਾ ਲੈ ਕੇ ਆਇਆ ਕਿ ਜੇ ਸਤਿਕਾਰਯੋਗ ਸੰਤ ਜੀ ਕਿਰਪਾ ਕਰਨ ਤਾਂ ਇਸ ਵਾਰ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੇ ਸੰਗਤ ਨੂੰ ਆ ਕੇ ਕਥਾ ਦੁਆਰਾ ਨਿਹਾਲ ਕਰਨ। ਸਰਦਾਰ ਸੁਜਾਨ ਸਿੰਘ ਇਹ ਨੌਜਵਾਨ ਉਹ ਵਿਅਕਤੀ ਹੈ ਜਿਹੜਾ ਸੰਤ ਬਿਮਲਾ ਸਿੰਘ ਜੀ ਹੋਰਾਂ ਕੋਲੋਂ ਗੁਰੂ ਦੀ ਮਹਾਨਤਾ ਭਰੀ ਕਥਾ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਹੁਣ ਇਹ ਬਾਣੀ ਪੜ੍ਹਦਾ, ਨਾਮ ਜਪਦਾ ਤੇ ਅੱਜ ਜਿਸ ਵੇਲੇ ਇਹ ਸੰਤ ਜੀ ਹੋਰਾਂ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਗੰਗਾ ਦੇ ਕਿਨਾਰੇ ਖੜਿਆਂ ਤੇ ਗੰਗਾ ਦੇ ਕੋਲੋਂ ਲੰਘਦਿਆਂ ਇਸ ਦੇ ਮਨ ਵਿੱਚ ਬੜੇ ਅਨੋਖੇ ਵਿਚਾਰ ਆ ਰਹੇ ਸਨ। ਸੋਚ ਰਿਹਾ ਸੀ, ਗੰਗਾ ਦਰਿਆ ਵਿੱਚ ਹੁਣ ਤੱਕ ਪਤਾ ਨਹੀਂ ਕਿੰਨੇ ਕਰੋੜਾਂ ਬੰਦਿਆਂ ਦੀਆਂ ਹੱਡੀਆਂ ਫੁੱਲ ਤਾਰੇ ਗਏ ਹੋਣਗੇ। ਉਹਨਾਂ ਫੁੱਲਾਂ ਵੱਲ ਵੇਖ ਕੇ ਮਨ ਬੜਾ ਉਦਾਸ ਹੋਇਆ ਤੇ ਮਨ ਵਿੱਚ ਇਹ ਖਿਆਲ ਬਾਰ ਬਾਰ ਆ ਰਿਹਾ ਸੀ, ਇਹ ਦੁਨੀਆਂ ਦਾ ਚੱਕਰ ਕਿੱਡਾ ਅਜੀਬ ਹੈ। ਪੁਰਾਣੇ ਮਰ ਜਾਂਦੇ ਨੇ, ਉਹਨਾਂ ਨੂੰ ਸਾੜ ਦੇਈਦਾ, ਫਿਰ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ, ਨਵੇਂ ਹੋਰ ਆ ਜਾਂਦੇ ਨੇ। ਇਸੇ ਤਰ੍ਹਾਂ ਇਹ ਜਗਤ ਦਾ ਚੱਕਰ ਲਗਾਤਾਰ ਚੱਲ ਰਿਹਾ। ਅੱਜ ਜਿਸ ਵੇਲੇ ਸੁਜਾਨ ਸਿੰਘ ਜੀ ਹੋਰਾਂ ਨੇ ਸੰਤ ਬਿਮਲਾ ਸਿੰਘ ਜੀ ਹੋਰਾਂ ਦੇ ਦਰਸ਼ਨ ਕੀਤੇ ਤਾਂ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਜ਼ਰੂਰ ਇਹਨਾਂ ਵਿਚਾਰਾਂ ਦੇ ਬਾਰੇ ਸੰਤ ਜੀ ਹੋਰਾਂ ਨਾਲ ਵਿਚਾਰ ਕਰਾਂ। ਸੋ ਇਸ ਲਈ ਉਸਨੇ ਆਉਂਦਿਆਂ ਸਾਰ ਬੜੇ ਪ੍ਰੇਮ ਸਦਕਾ ਹੱਥ ਜੋੜ ਕੇ ਆਪਣੇ ਮਨ ਦੀ ਗੱਲ ਆਖ ਸੁਣਾਈ। ਸੰਤ ਜੀ ਹੋਰੀ ਜਵਾਬ ਦੇਣ ਲੱਗੇ, ਭਾਈ ਤੁਸਾਂ ਜਿਹੜਾ ਗੰਗਾ ਦੇ ਕਿਨਾਰੇ ਵਾਲੇ ਜਿਹੜੇ ਵਿਚਾਰ ਤੁਹਾਡੇ ਮਨ ਵਿੱਚ ਉੱਠ ਰਹੇ ਸਨ, ਤੁਸੀਂ ਉਹ ਦੱਸੇ ਨੇ। ਇਹ ਬਾਣੀ ਦਾ ਪ੍ਰਤਾਪ ਹੈ ਤੇ ਨਿਰਮਲ ਤਰ੍ਹਾਂ ਦਾ ਵੈਰਾਗ ਤੁਹਾਡੇ ਮਨ ਵਿੱਚ ਆ ਰਿਹਾ। ਤੁਹਾਡੇ ਵਿਚਾਰ ਇਹ ਵੀ ਦੱਸਦੇ ਨੇ ਕਿ ਤੁਹਾਡਾ ਮਨ ਕੁਝ ਕਵੀ ਭਾਵ ਵਾਲਾ ਹੈ, ਭਾਵ ਤੁਹਾਡੇ ਮਨ ਵਿੱਚ ਕਵਿਤਾ ਵੀ ਉਗਮਦੀ ਹੈ ਤੇ ਮਨ ਸੱਚ ਤੇ ਝੂਠ ਨੂੰ ਸਮਝਣ ਵੱਲ ਵੀ ਆ ਰਿਹਾ। ਦਰਅਸਲ ਬਾਣੀ ਮਨ ਨੂੰ ਧੋ ਦਿੰਦੀ ਹੈ, ਨਿਰਮਲ ਵਿਚਾਰ ਪੈਦਾ ਕਰਦੀ ਹੈ। ਉਹ ਨਿਰਮਲ ਵਿਚਾਰ ਫਿਰ ਸੱਚ ਦੀ ਤੇ ਝੂਠ ਦੀ ਸੋਝੀ ਦਿੰਦਾ, ਭਾਵ ਜਦੋਂ ਵੇਖਦਾ ਕਿ ਜਗਤ ਜਿਹੜਾ ਉਹ ਸਦੀਵੀ ਰਹਿਣ ਵਾਲਾ ਨਹੀਂ, ਫਿਰ ਸੱਚੇ ਸਦੀਵੀ ਰਹਿਣ ਵਾਲੇ ਵਾਹਿਗੁਰੂ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਤੇ ਉਸ ਵੱਲ ਸਾਡੇ ਮਨ ਦਾ ਝੁਕਾਅ ਹੋਣਾ ਚਾਹੀਦਾ। ਫਿਰ ਐਸੇ ਪ੍ਰਭੂ ਦੇ ਲਈ ਵੈਰਾਗ ਪੈਦਾ ਹੁੰਦਾ, ਮਿਲਣ ਦੀ ਤੀਬਰ ਇੱਛਾ ਪੈਦਾ ਹੁੰਦੀ ਹੈ। ਇਸ ਲਈ ਇਸ ਨੂੰ ਸਵੱਛ ਵੈਰਾਗ ਕਹੀਦਾ। ਅਤੇ ਇਸ ਤੋਂ ਅੱਗੇ ਫਿਰ ਸੱਚ ਲਈ ਮਨ ਵਿੱਚ ਚਾਅ ਜਾਗਦਾ, ਇਸੇ ਲਈ ਨਾਮ ਜਪੀਦਾ। ਸਰਦਾਰ ਸੁਜਾਨ ਸਿੰਘ ਆਖਣ ਲੱਗੇ, ਜੀ ਮਹਾਰਾਜ ਜੀ, ਬਾਣੀ ਪੜ੍ਹਨ ਦੁਆਰਾ ਬਿਲਕੁਲ ਠੀਕ ਮੈਨੂੰ ਵੀ ਜਾਪਦਾ ਕਿ ਬਾਣੀ ਦੀ ਮਿਹਰ ਸਦਕਾ ਮੇਰੇ ਮਨ ਵਿੱਚ ਇਹੋ ਜਿਹਾ ਭਾਵ ਜਾਗਿਆ। ਨਾਲੇ ਆਪ ਦੀ ਕਥਾ ਦੁਆਰਾ ਮੇਰੇ ਮਨ ਵਿੱਚ ਐਸੇ ਖਿਆਲ ਬਣੇ ਜਿਸ ਨੇ ਮੇਰਾ ਮਨ ਦਾ ਭਾਵ ਗੁਰੂ ਕੀ ਬਾਣੀ ਨੂੰ ਹੋਰ ਵਧੇਰੇ ਸਮਝਣ ਵੱਲ ਕਰ ਦਿੱਤਾ। ਸੰਤ ਜੀ ਆਖਣ ਲੱਗੇ, ਅੱਛਾ ਚਲੋ ਇਹ ਤੇ ਚੰਗਾ ਹੋਇਆ, ਪਰ ਹੁਕਮ ਕਰੋ ਤੁਸੀਂ ਏਡੀ ਦੂਰੋਂ ਚੱਲ ਕੇ ਕਾਹਦੇ ਲਈ ਆਇਓ, ਮੈਂ ਤੁਹਾਡੀ ਕੀ ਸੇਵਾ ਕਰਾਂ। ਸਰਦਾਰ ਸੁਜਾਨ ਸਿੰਘ ਜੀ ਆਖਣ ਲੱਗੇ, ਜੀ ਹੋਰ ਤੇ ਕੁਝ ਨਹੀਂ, ਬਸ ਐਵੇਂ ਮਨ ਵਿੱਚ ਵਲਵਲੇ ਜਾਗਦੇ ਨੇ। ਗੁਰੂ ਕੀ ਬਾਣੀ ਕੁਝ ਹੋਰ ਸਿਖਾਉਂਦੀ ਹੈ, ਪਰ ਕਈ ਆਗੂ ਲੋਕ ਬਾਣੀ
ਜਾਂ ਨਾਮ ਵੱਲੋਂ ਜਾਂ ਚੰਗੇ ਆਚਰਨ ਵੱਲੋਂ ਆਪਣਾ ਪਾਸਾ ਪੁਆ ਰਹੇ ਨੇ, ਬਿਰਤੀ ਕਿਸੇ ਹੋਰ ਪਾਸੇ ਲਿਜਾ ਰਹੇ ਨੇ, ਉਹਨਾਂ ਪਾਸਿਆਂ ਵੱਲੋਂ ਜਿੱਥੋਂ ਦੱਸੇ ਹੀ ਸਤਿਗੁਰੂ ਨੇ ਮੁੜਿਆ ਸੀ, ਸਗੋਂ ਇਸ ਤਰ੍ਹਾਂ ਆਖੋ ਵੀ ਉਧਰ ਨੂੰ ਹੀ ਲਿਜਾ ਰਹੇ ਨੇ। ਇਹ ਗੱਲ ਵੇਖ ਕੇ ਨਾ ਮਨ ਕਾਲਾ ਪੈ ਜਾਂਦਾ। ਸੰਤ ਜੀ ਆਖਣ ਲੱਗੇ, ਪਰ ਭਾਈ ਪਰਾਏ ਅਵਗੁਣ ਤੇ ਆਪਣੇ ਗੁਣ ਤੱਕ ਤੱਕ ਕੇ ਮਨ ਸੁਖੀ ਨਹੀਂ ਹੋ ਸਕਦਾ। ਆਪਣੇ ਆਪ ਨੂੰ ਸਵਾਰੀਏ, ਆਪਣਾ ਆਪਾ ਸ਼ਿੰਗਾਰੀਏ ਤੇ ਗੁਰੂ ਨੂੰ ਅਰਪਣ ਕਰੀਏ, ਸਿੱਖੀ ਦਾ ਮਾਰਗ ਇਹ ਆ। ਅਸਲ ਵਿੱਚ ਗੁਰੂ ਕਾ ਮਾਰਗ ਹੈ ਜਿਉਂਦੇ ਜੀ ਪੁਰਸਲਾਤ ਦੇ ਰਾਹ ਉੱਤੇ ਤੁਰਨਾ, ਪਰ ਜਗਤ ਪੁਰਸਲਾਤ ਦੇ ਪੰਥ ਉੱਤੇ ਨਹੀਂ ਤੁਰਦਾ। ਲੋਕੀ ਸਮਝਦੇ ਨੇ ਕਿ ਪੁਰਸਲਾਤ ਭਾਵ ਪੁਲ ਏ ਸਿਰਾਤ, ਜਿਸ ਨੂੰ ਇਸਲਾਮੀ ਜਗਤ ਵਿੱਚ ਆਖਦੇ ਨੇ ਬਈ ਉਹ ਵਾਲਾ ਪੁਲ ਜਿਹਦੇ ਤੋਂ ਲੰਘਣਾ ਔਖਾ ਹੈ। ਲੋਕੀ ਸਮਝਦੇ ਨੇ ਬਈ ਸ਼ਾਇਦ ਮਰਨ ਤੋਂ ਬਾਅਦ ਉਸ ਪੁਲ ਵੱਲ ਜਾਣਾ ਪਏਗਾ, ਪਰ ਨਾ ਭਾਈ, ਉਹ ਵਾਲੀ ਪੁਰਸਲਾਤ ਇੱਥੇ ਹੀ ਹੈ। ਜਿਹੜਾ ਇਸ ਤੇ ਤੁਰ ਪਿਆ ਉਸ ਲਈ ਅੱਗੇ ਕੋਈ ਪੁਰਸਲਾਤ ਨਹੀਂ ਆਉਂਦੀ। ਪੁਰਸਲਾਤ ਇੱਥੇ ਜਿਉਂਦੇ ਜੀ ਆਰੰਭ ਹੋ ਜਾਂਦੀ। ਮੈਂ ਗੁਰੂ ਕੀ ਸਿੱਖੀ ਦੀ ਵਿਚਾਰ ਦੱਸਣ ਲੱਗਾ। ਕਿਸੇ ਹੋਰ ਮਤ ਦੀ ਸ਼ਰ੍ਹਾ ਤੁਹਾਨੂੰ ਨਹੀਂ ਸਮਝਾਉਣ ਲੱਗਾ। ਆਪਣੀ ਬਿਰਤੀ ਦਾ ਦੁੱਖਮਈ ਰਹਿਣਾ, ਤ੍ਰਿਸ਼ਨਾ ਵਿੱਚ ਸੜਨਾ, ਇਹ ਇੱਕ ਨਰਕ ਹੈ। ਉਹ ਵਾਲਾ ਨਰਕ ਜਿਹੜਾ ਨਰਕ ਜਿਉਂਦੇ ਜੀ ਜੀਵ ਭੋਗ ਰਹੇ ਨੇ। ਇਸ ਉੱਤੇ ਇੱਕ ਪੁਲ ਹੈ, ਸਿੱਧਾ ਤੇ ਸਾਫ ਲਿਜਾਣ ਵਾਲਾ ਰਸਤਾ। ਸੜਕ ਦੇ ਨਾ ਚਾਰ ਹਿੱਸੇ ਹੁੰਦੇ ਨੇ। ਇੱਕ ਹਿੱਸਾ ਜਿੱਥੋਂ ਅਸੀਂ ਸੜਕ ਤੇ ਤੁਰਨਾ ਸ਼ੁਰੂ ਕਰਦੇ ਹਾਂ, ਦੂਸਰਾ ਜਿੱਥੇ ਪਹੁੰਚੀਦਾ, ਤੀਸਰਾ ਸੱਜੇ ਪਾਸੇ ਤੇ ਚੌਥਾ ਖੱਬੇ ਪਾਸੇ। ਭਾਵ ਜਿੱਥੋਂ ਅਸੀਂ ਤੁਰੇ ਤੇ ਜਿੱਥੇ ਅੱਪੜਨਾ ਹੈ ਉੱਥੇ ਤੇ ਤੁਰਦਿਆਂ ਅੱਪੜ ਜਾਣਾ, ਪਰ ਬਾਕੀ ਰਹੇਗਾ ਸੱਜਾ ਪਾਸਾ ਤੇ ਖੱਬਾ ਪਾਸਾ। ਸਾਰੇ ਇਸੇ ਰਸਤੇ ਤੇ ਤੁਰ ਰਹੇ ਨੇ, ਪਰ ਤੁਰਦਿਆਂ ਤੁਰਦਿਆਂ ਕੋਈ ਸੱਜੇ ਡਿੱਗ ਪੈਂਦਾ ਤੇ ਕੋਈ ਖੱਬੇ। ਪੁਲ ਦੇ ਉੱਤੇ ਕੋਈ ਨਹੀਂ ਤੁਰਦਾ। ਦਰਅਸਲ ਗ੍ਰਹਿਣ ਕਰਨਾ, ਗ੍ਰਸਥੀ ਹੋਣਾ ਤੇ ਤਿਆਗੀ ਹੋਣਾ, ਇਹ ਨੇ ਦੋ ਸੱਜੇ ਤੇ ਖੱਬੇ ਪਾਸੇ। ਦੋਹਾਂ ਵਿੱਚ ਹੀ ਸੁੱਖ ਨਹੀਂ। ਗੁਰੂ ਜੀ ਤੋਂ ਪਹਿਲਾਂ ਜਾਂ ਤਾਂ ਜਗਤ ਗ੍ਰਹਿਣ ਵਿੱਚ ਸੀ, ਗ੍ਰਸਥੀ ਜੀਵਨ ਜਿਉਂ ਰਿਹਾ ਸੀ, ਤੇ ਜਾਂ ਫਿਰ ਤ੍ਰਿਸ਼ਨਾ ਅਗਨ ਵਿੱਚ ਦੁੱਖ ਪਾ ਰਿਹਾ ਸੀ, ਤੇ ਜਾਂ ਤਿਆਗ ਕਰਕੇ ਜੰਗਲ ਵਿੱਚ ਜਾ ਕੇ ਮਨ ਤੇ ਜੋੜ ਰਿਹਾ ਸੀ, ਪਰ ਸਰੀਰ ਨੂੰ ਕਸ਼ਟਾਂ ਵਿੱਚ ਪਾ ਕੇ ਸਗੋਂ ਕ੍ਰੋਧ ਅਗਨੀ ਨੂੰ ਵਧਾ ਰਿਹਾ ਸੀ। ਇਸ ਤਰ੍ਹਾਂ ਇਨਸਾਨੀ ਜੀਵਨ ਦਾ ਜਿਹੜਾ ਮੁੱਖ ਮਕਸਦ ਹੈ ਉਸ ਨੂੰ ਭੁਲਾ ਰਿਹਾ ਸੀ। ਗੁਰੂ ਜੀ ਨੇ ਸਿਖਾਇਆ, ਪੁਲ ਦੇ ਉੱਤੇ ਤੁਰੋ, ਨਾ ਇੱਧਰ ਡਿੱਗੋ ਨਾ ਉੱਧਰ, ਤੇ ਉਹ ਇਹ ਸੀ ਬਈ ਤਿਆਗ ਕਰੋ ਤਾਂ ਭੈੜੀਆਂ ਵਾਸ਼ਨਾਵਾਂ ਦਾ, ਭੈੜੇ ਕਰਮਾਂ ਦਾ, ਤ੍ਰਿਸ਼ਨਾ ਕਰੋ ਤਾਂ ਉਸ ਸੁੱਖ ਦੀ ਜਿਹੜਾ ਸਦੀਵੀ ਸੁੱਖ ਹੈ, ਜਿਹੜਾ ਸੁੱਖ ਆ ਕੇ ਫਿਰ ਕਦੇ ਜਾਂਦਾ ਨਹੀਂ, ਇੱਥੇ ਵੀ ਸੁਖੀ ਰੱਖਦਾ ਤੇ ਅੱਗੇ ਵੀ ਨਾਲ ਜਾਂਦਾ। ਸਿੱਖ ਦਾ ਜੀਵਨ ਇਹੋ ਜਿਹਾ ਚਾਹੀਦਾ ਜਿਹੜਾ ਸਿੱਖੀ ਮਾਰਗ ਵਿੱਚ ਝੂਠ, ਕੁਸੱਤ, ਫਰੇਬ ਜਾਂ ਦੁੱਖ ਦੇਣ ਵਾਲੇ ਮੰਦੇ ਕਰਮ ਕਰ ਰਹੇ ਨੇ, ਭਾਵੇਂ ਆਪਣੇ ਲਈ ਭਾਵੇਂ ਦੀਨ ਧਰਮ ਦੇ ਨਾਂ ਹੇਠਾਂ, ਉਹ ਗੁਰੂ ਦੇ ਆਸ਼ੇ ਦੇ ਅਨੁਕੂਲ ਨਹੀਂ ਕਰ ਰਹੇ। ਪਰ ਜਿਹੜੇ ਆਪਣਾ ਆਪਾ ਸਵਾਰ ਕੇ ਆਪਣੇ ਸਰੀਰ ਨਾਲ ਜਾਂ ਆਪਣੀ ਬੁੱਧੀ ਨਾਲ ਜਗਤ ਦੇ ਦੁੱਖ ਦਾ ਕੋਈ ਹਿੱਸਾ ਨਹੀਂ ਵੰਡਾ ਰਹੇ, ਉਹ ਵੀ ਗੁਰੂ ਦੇ ਆਸ਼ੇ ਦੇ ਅਨੁਕੂਲ ਨਹੀਂ ਚੱਲ ਰਹੇ। ਪਰ ਜੇ ਤੁਸੀਂ ਇਸ ਤਰ੍ਹਾਂ ਦੁਨੀਆਂ ਦੇ ਦੁੱਖ ਵੇਖ ਕੇ ਹਾਏ ਹਾਏ ਕਰਨ ਲੱਗ ਪਾਓਗੇ ਤਾਂ ਫਿਰ ਅਖੀਰ ਨਿੰਦਾ ਤੱਕ ਪਹੁੰਚੋਗੇ। ਗੁਰੂ ਦਾ ਹੁਕਮ ਹੈ ਨਿਰਵਾਣ ਪਦ ਦੇ ਲੱਭਣ ਦਾ, ਨਿੰਦਾ ਤੇ ਉਸਤਤ ਤੇ ਤਿਆਗਣ ਦਾ। ਸੋ ਭਾਈ ਆਪਣਾ ਆਪਾ ਸਵਾਰੋ, ਜਿਹੜੀ ਗੱਲ ਨੂੰ ਗੁਰਮਤ ਸਮਝਦੇ ਹੋ ਉਸ ਤੇ ਤੁਰੋ। ਜਦੋਂ ਕੋਈ ਪ੍ਰਾਪਤੀ ਹੋ ਜਾਏ ਤਾਂ ਜੋ ਸੇਵਾ ਹੋ ਸਕੇ ਉਹ ਕਰੋ। ਵਾਹਿਗੁਰੂ ਬਲ ਬਖਸ਼ੇ ਤਾਂ ਮਾੜੀਆਂ ਗੱਲਾਂ ਦਾ ਸੁਧਾਰ ਕਰੋ, ਪਰ ਨਿਰਾ ਦੇਖ ਦੇ ਕੇ ਦੁਖੀ ਹੋਣ ਦਾ ਕੋਈ ਲਾਭ ਨਹੀਂ। ਸਰਦਾਰ ਸੁਜਾਨ ਸਿੰਘ ਜੀ ਆਖਣ ਲੱਗੇ,
जी संत जी बड़ी कृपा की जी तुहाडे इन्हां बचना नाल ही मैनू अपनी गलती का पता लग गया। असल विच ना पछमी विद्या की यह खासियत है कि थोड़ी जी विद्या पढ़ के जिहड़ी असीं लोक हासिल कर लैने आ उहदे नाल दुनिया वल ध्यान बहुत जांदा है। हुण तुसीं कृपा करके दसो बई मैं किवें चंगे पासे वल तुरां। संत जी कहण लगे तुसीं ठीक रस्ते जा रहे हो, दसां नौवां दी किरत करदे हो, प्रसाद छकदे हो ते वंड छकदे हो, बाणी पढ़दे हो ते विचारदे हो ते उस ते अमल करन दा यतन भी करदे हो, तुहाडा दिल भी टिकदा विचारदा भी है ते साईं वल यतन भी करदा, होर की लोचदे हो। सरदार सुजान सिंह आखण लगे जी महाराज जी दरअसल ना मैनू विचारां बहुत फुरदियां ने, भाव मेरा मन हर वेले बहुत ज्यादा वख वख तरह के ख्यालों में भटकता रहिंदा। जिवें मैं तुहानू सुनाया कि गंगा दरिया विच तक के मौत ते जीवन दे प्रति मेरे मन च बड़े विचार पैदा होए, जिंदगी की है, साडे आउण जाण दा टिकाणा की है, ये दिसदा ते वसदा जगत है भी कि नहीं, सिर्फ माया ही माया कि कुछ होर भी है। जिंदगी ते मौत ये दोवें ढोल चुहकली वांगू फसे दिसदे ने, कि एवें ही है कि मेरी विचार गलत है, दुख क्यों है, पाप क्यों है, लोग सीधे राह क्यों नहीं तुरदे, जगत विच सुखी कोई क्यों नहीं हैगा, फिर दूजे नाल धोखा ते धक्का क्यों करदे ने। इस तरह के अनेक अनेक ख्याल मेरे मन विच आउंदे ने ते उदास कर जांदे ने। संत जी ने जवाब दिता कहण लगे भाई दुनिया विच जिहड़ा बंदा गफलत भाव आलस अणजाणपुणे विच जिहड़ा दिन गुजारेगा ना उसनू इहो जिहे संसे घट आउणगे पर उसका जीवन भुलेखे विच बीतेगा। शरीरक मंडल विच ही वो सिर्फ खाण पीन ते पहनण दे झंझटां विच ही समां गुजार लवेगा, भाव जिहड़ा सुख के सुख रूप नहीं ने उन्हां सुखां दी प्राप्ति वास्ते उसका बल ते बुद्धि खर्च हुंदे रहणगे, पर हो सकदा है बेअंत उसनू पता लगे कि अमोलक जीवन बच्चिया वांगू ना एवें गाटियां लड़ाउंदियां कदे कटदियां ते कदे कटाउंदियां लंघ गया, अपने हाथ कुछ नहीं आया, जे कुछ आया ते डोर नाल हत्थां ते सगों चीर पै गए। पर जे कोई विचार दे राह पै जाएगा जिवें तुसी बाणी पढ़ के तुहाडे मन विच ख्याल आउण लग पए ने उसनू इहो जिहे फुरने आउणगे जिहो जिहे फुरने हुण तुहानू आउंदे ने। ये फुरने तां माड़े ने जे रोड़ के लै जाण, पर माड़े नहीं जे इन्हां विचों बंदा राह लभ लवे। असल विच ए जिहड़े फुरने ने ना ओ इस वास्ते आउंदे ने कि सानू ठीक ते गलत दी सोझी हो जाए ते साडे मन विच बल आ जाए ठीक नूं प्यार करन दा ते गलत तों वैराग करन दा। पर जे तुसी सिर्फ इन्हां गल्लां दे झगड़िआं विच पै जाओगे ना ते फिर एवें व्यर्थ ही समां गवा लओगे। सरदार सुजान सिंह कहण लगे जी किहड़ा किहड़ा विचार छड्डां ते किहड़ा किहड़ा रखां। संत जी कहण लगे जिहड़ा विचार भरम दी सूरत धारण कर लवे, जिहड़ा विचार हुज्जत दी शकल लै आवे ते घबराहट विच पावे उसनूं छड्ड दिओ, अते जिहड़ा ख्याल निर्णा करदिआं अंत निश्चय दे घर विच लै जावे उसनूं रख लो। सिंह जी असल गल सिर्फ ए आ निरी कथनी ते निरी सोच नाल निशा नहीं हुंदी, करनी जां अमल बहुत जरूरी चीज है। गुरु जी दा वाक है कथनी बदनी पढ़ पढ़ पार, मूंह दी कथनी ते निरी विद्या दे विचार नाल
ਨਿਸਤਾਰਾ ਨਹੀਂ ਹੁੰਦਾ, ਉਹ ਅਮਲ ਨਾਲ ਹੁੰਦਾ। ਕਿਉਂਕਿ ਅਮਲ ਜਿਹੜਾ ਨਾ ਉਹ ਲਿਵ ਦੇ ਘਰ ਵਿੱਚ ਲੈ ਜਾਂਦਾ, ਲਿਵ ਲੱਗਦੀ ਹੈ ਨਾਮ ਨਾਲ ਤੇ ਪਰਮ ਖਤਮ ਹੋ ਜਾਂਦਾ ਲਿਵ ਦੇ ਘਰ ਗਿਆ। ਵੇਖੋ ਦਾਤਾ ਸਤਿਗੁਰੂ ਜੀ ਦਾ ਵਾਕ ਹੈ, ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਪਰ ਦੁਨੀਆ ਕਿਵੇਂ ਵਰਤ ਰਹੀ ਹੈ? ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਤੁਸੀਂ ਆਚਾਰ ਵਾਲੇ ਤੇ ਵਿਚਾਰ ਵਾਲੇ ਬਣਨਾ, ਹੁਜਤਾਂ ਕਰਨੀਆਂ ਤੇ ਸਿਰਫ ਫੋਕੀ ਕਥਨੀ ਤੇ ਗੱਪਾਂ ਦੇ ਪੰਡਿਤ ਨਹੀਂ ਬਣਨਾ। ਸੁਜਾਨ ਸਿੰਘ ਆਖਣ ਲੱਗੇ, ਜੀ ਕਿਵੇਂ ਕਰਾਂ? ਸੰਤ ਜੀ ਨੇ ਆਖਿਆ, ਅੱਛਾ ਫਿਰ ਇਸ ਸ਼ਬਦ ਤੇ ਅਮਲ ਕਰੋ ਜਿਹੜਾ ਸ਼ਬਦ ਮੈਂ ਤੁਹਾਨੂੰ ਸੁਣਾਉਣ ਲੱਗਾ। ਗੁਰਮਤ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ, ਲਾਗੀ ਮੈਲ ਮਿਟੈ ਸੱਚ ਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ। ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਓ। ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ, ਕਿਆ ਦੇਖਾਂ ਸੂਝ ਬੂਝ ਨਾ ਪਾਵੈ। ਜੋ ਜਨਮੇ ਸੇ ਰੋਗ ਵਿਆਪੇ, ਹਉਮੈ ਮਾਇਆ ਦੁਖ ਸੰਤਾਪੇ, ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ। ਚਲ ਤਾ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪੱਖ ਹੈ, ਸਾਚੇ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ। ਇਸ ਸ਼ਬਦ ਵਿੱਚ ਸਤਿਗੁਰੂ ਜੀ ਇਹ ਸੁਮਤ ਬਖਸ਼ ਰਹੇ ਨੇ। ਪਹਿਲੀ ਗੱਲ ਕਿ ਵਾਹਿਗੁਰੂ ਹੈਗਾ ਤੇ ਸਦਾ ਹਾਜ਼ਰ ਹਜ਼ੂਰ ਹੈ, ਉਸਦੇ ਚਰਣਾ ਵਿੱਚ ਹਾਜ਼ਰ ਰਹੋ ਤੇ ਅਰਦਾਸ ਕਰ। ਜਿਹੜਾ ਤੈਨੂੰ ਕੁਝ ਸੁੱਖ ਦੁੱਖ ਹੈ ਉਹ ਉਸ ਕਰਤਾਰ ਦੇ ਚਰਣਾ ਵਿੱਚ ਅਰਦਾਸ ਕਰ, ਪਰ ਉਸਨੂੰ ਹਾਜ਼ਰਾ ਹਜ਼ੂਰ ਸਮਝ ਕੇ ਅਰਦਾਸ ਕਰਨੀ। ਭਾਈ ਇਹ ਹੈ ਗੁਰਮਤ ਤੇ ਗੁਰਮਤ ਦੀ ਸੱਚੀ ਅਕਲ, ਸੱਚੀ ਮਤ ਤੇ ਸਾਰ ਮਤ। ਇਹਦੇ ਤੇ ਹੁਜਤ ਨਾ ਕਰੋ। ਹੁਜਤ ਕਹਿੰਦੇ ਨੇ ਝਗੜੇ ਲਈ, ਮਨ ਦੀ ਚਤਰਾਈ ਨਾਲ ਜਾਂ ਦੂਸਰੇ ਨੂੰ ਹਰਾਉਣ ਲਈ ਦਿੱਤੀਆਂ ਹੋਈਆਂ ਦਲੀਲਾਂ ਜੋ ਠੀਕ ਹੋਣ ਜਾਂ ਗਲਤ ਪ੍ਰਵਾਹ ਨਹੀਂ, ਪਰ ਉਹਨਾਂ ਦੀ ਵਰਤੋਂ ਇਸ ਲਈ ਨਹੀਂ ਬਈ ਕਿਤੇ ਠੀਕ ਜਾਂ ਗਲਤ ਦਾ ਨਿਰਣਾ ਹੋ ਜਾਏ, ਪਰ ਸਗੋਂ ਨਿਰਣਾ ਕਰਨ ਦੀ ਬਜਾਏ ਹਾਰ ਜਾਂ ਜਿੱਤ ਦੀ ਇੱਛਾ। ਸੋ ਹੁਜਤ ਨੂੰ ਦੂਰ ਰੱਖੋ, ਕਿਉਂਕਿ ਹੁਜਤ ਮਨਮਤ ਹੈ ਤੇ ਮਨਮਤ ਹਨੇਰੇ ਨਾਲ ਮਿਲੀ ਹੋਈ ਹੁੰਦੀ। ਗੁਰਮਤ ਹੈ ਜੋ ਅੰਧਕਾਰ ਨੂੰ ਪ੍ਰਕਾਸ਼ ਨਾਲ ਦੂਰ ਕਰਕੇ ਪ੍ਰਕਾਸ਼ ਰੂਪ ਹੁੰਦੀ। ਇਹ ਮਤ ਗੁਰੂ ਦਿੰਦਾ ਜੋ ਰੱਬੀ ਗਿਆਨ ਨਾਲ ਸਿੱਖਿਆ ਪਾ ਰਹੇ ਮਨ ਦਾ ਹਨੇਰਾ ਦੂਰ ਕਰ ਦਿੰਦਾ। ਉਹ ਸਿਆਣਪ ਖਰੀ ਹੈ, ਚੰਗੀ ਹੈ ਜਿਹੜੀ ਸਾਰ ਵਸਤੂ ਨੂੰ ਪਛਾਣ ਲਵੇ, ਪਰ ਜਿਹੜੀ ਹੁਜਤ ਦੇ ਵਿੱਚ ਲੈ ਜਾਏ ਉਹ ਹੈ ਤੇ ਅਤ ਸਿਆਣਪ ਜਾਂ ਬਹੁਤ ਸਿਆਣਪ, ਪਰ ਉਸ ਨਾਲ ਨਾ ਮਨ ਨੂੰ ਧੂੜ ਲੱਗਦੀ ਏ ਤੇ ਜਮ ਦਾ ਪਉ ਵਿਆਪਦਾ। ਮੈਲ ਜੋ ਹੁਜਤਾਂ ਤੇ ਅਤ ਸਿਆਣਪਾਂ ਨਾਲ ਆ ਲੱਗੇ ਉਸਦਾ ਦਾਰੂ ਹੈ ਨਾਮ। ਇਸ ਨਾਮ ਵਿੱਚ ਲਿਵ ਲਾਈ ਰੱਖੋ। ਇਹ ਨਾਮ ਗੁਰੂ ਦੀ ਮਿਹਰ ਨਾਲ ਮਿਲਦਾ। ਜੇ ਇਸ ਮਾਰਗ ਤੋਂ ਕੁਸ ਗਏ ਤੇ ਝੂਠੇ ਕਰਮਾਂ ਵਿੱਚ ਲੱਗ ਗਏ ਤਾਂ ਮਨ ਸੁਖ ਦੇ ਘਰ ਨਹੀਂ ਜਾਏਗਾ, ਨਾ ਭਟਕਾਓ ਹਟੇਗਾ ਤੇ ਨਾ ਜਨਮ ਮਰਨ ਮਿਟੇਗਾ। ਹਾਂ, ਜੇ ਕਹਿਣੀ ਤੇ ਕਥਨੀ ਦਾ ਗਿਆਨੀ ਬਣ ਜਾਏਗਾ ਤਾਂ ਵੀ ਫਸਿਆ ਰਹੇਗਾ, ਛੁਟਕਾਰੇ ਦੀ ਵਾਰੀ ਨਹੀਂ ਆਏਗੀ। ਕਿਉਂਕਿ ਕਥਨੀ ਮਾਤਰ ਨਾਲ ਅਸਲੀ ਸੋਝੀ ਤੇ ਅਨੁਭਵ ਨਹੀਂ ਮਿਲਦਾ। ਮੂੰਹ ਦੇ ਗਿਆਨੀ ਨੂੰ ਮਨ ਵਿੱਚ ਠੰਡ ਨਹੀਂ ਵਰਤਦੀ, ਉਜਲਤਾ ਨਹੀਂ ਆਉਂਦੀ। ਬੁੱਧੀਮਤਾ ਨਾਲ ਗੁਰਮਤ ਨਾਲ ਨਿਸ਼ਚੇ ਦੇ ਘਰ ਵਿੱਚ ਨਹੀਂ ਪਹੁੰਚਦਾ। ਸੱਚ ਜਾਣੋ, ਇਹ ਤ੍ਰਿਪਤੀ ਨਾਮ ਤੋਂ ਬਿਨਾਂ ਨਹੀਂ ਹੁੰਦੀ। ਨਜ਼ਰ ਪਸਾਰ ਕੇ ਵੇਖ ਲਓ ਕਿ ਨਾਮ ਤੋਂ ਬਿਨਾਂ ਕੋਈ ਸੁਖੀ ਨਹੀਂ। ਜਿਹੜਾ ਜਨਮੇ ਉਸਦੇ ਸਰੀਰ ਨੂੰ ਰੋਗ ਵਿਆਪਦਾ, ਹਉਮੈ ਤੇ ਮਾਇਆ ਦੇ ਦੁੱਖ ਉਸਦੇ ਮਨ ਨੂੰ ਦੁਖੀ ਕਰਦੇ ਨੇ। ਇਹਨਾਂ ਰੋਗਾਂ ਤੇ ਦੁੱਖਾਂ ਤੋਂ ਕੌਣ ਬਚਿਆ?
ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਬਚਾ ਲਏ। ਤੇ ਵਾਹਿਗੁਰੂ ਨੇ ਕਿਹਨਾਂ ਨੂੰ ਬਚਾਇਆ? ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਅੰਮ੍ਰਿਤ ਨਾਮ ਦਾ ਰਸ ਚਖਿਆ। ਇਹ ਅੰਮ੍ਰਿਤ ਨਾਮ ਕਿਵੇਂ ਚਖੀਦਾ? ਗੁਰੂ ਦੀ ਸੇਵਾ ਕਰਕੇ ਨਾਮ ਪ੍ਰਾਪਤ ਕਰੇ ਤੇ ਉਸ ਪ੍ਰਾਪਤ ਹੋਏ ਅਮਰ ਨਾਮ ਦਾ ਜਪ ਕਰੇ। ਜਪ ਇਸ ਤਰ੍ਹਾਂ ਕਰੇ ਕਿ ਸੰਕਲਪ ਵਿਕਲਪ ਵਿੱਚ ਲਗਾਤਾਰ ਫਸੇ ਰਹਿਣ ਵਾਲੇ ਮਨ ਨੂੰ ਰੋਕ ਕੇ ਨਾਮ ਜਪੇ, ਤਾਂ ਹੀ ਨਾਮ ਵਿੱਚ ਅੰਮ੍ਰਿਤ ਰਸ ਨੂੰ ਚਖੇਗਾ। ਇਸੇ ਤਰ੍ਹਾਂ ਅੰਮ੍ਰਿਤ ਰਸ ਨੂੰ ਚੱਖਦਿਆਂ ਹੋਇਆਂ ਜੋ ਨਾਮ ਵਿੱਚ ਰਹਿਣਾ ਹੈ, ਇਹ ਸੱਚਾ ਸ਼ਬਦ ਅਭਿਆਸ ਹੈ। ਇਸ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਆਪਣਾ ਆਪਾ ਦੂਰ ਹੋ ਕੇ ਪੂਰਨ ਗਤੀ ਪ੍ਰਾਪਤ ਹੋ ਜਾਂਦੀ। ਜਿਹੜਾ ਸ਼ਬਦ ਆਪਾਂ ਹੁਣੇ ਪੜਿਆ ਸੀ ਨਾ, ਗੁਰਮਤਿ ਸਾਚੀ ਹੁਜਤ ਦੂਰ, ਇਹ ਮੈਂ ਤੁਹਾਨੂੰ ਉਸੇ ਦੇ ਹੀ ਅਰਥ ਸੁਣਾਏ ਨੇ। ਸਰਦਾਰ ਸੁਜਾਨ ਸਿੰਘ ਨੇ ਆਖਿਆ, ਤੁਸਾਂ ਜੋ ਫਰਮਾਇਆ ਹੈ ਉਸਦਾ ਸਾਰ ਅੰਸ਼ ਇਹ ਹੈ ਕਿ ਮੈਂ ਵਾਹਿਗੁਰੂ ਜੀ ਨੂੰ ਹਾਜ਼ਰਾ ਹਜ਼ੂਰ ਸਮਝਾਂ, ਉਸ ਅੱਗੇ ਅਰਦਾਸ ਕਰਾਂ ਤੇ ਉਸਦਾ ਨਾਮ ਜਪਾਂ, ਕੁਝ ਤਾਂ ਛੱਡਦਿਆਂ। ਸੰਤ ਜੀ ਆਖਣ ਲੱਗੇ, ਬਿਲਕੁਲ ਠੀਕ ਹੈ। ਸੁਜਾਨ ਸਿੰਘ ਹੋਰਾਂ ਨੇ ਫਿਰ ਬੇਨਤੀ ਕੀਤੀ, ਅੱਛਾ ਜੀ ਫਿਰ ਨਾਮ ਦਾਨ ਕਰੋ। ਸੰਤ ਜੀ ਕਹਿਣ ਲੱਗੇ, ਗੁਰਮੁਖੋ ਤੁਸਾਂ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ? ਸੁਜਾਨ ਸਿੰਘ ਜੀ ਨੇ ਜਵਾਬ ਦਿੱਤਾ, ਹਾਂਜੀ ਛਕਿਆ ਹੋਇਆ। ਸੰਤ ਜੀ ਨੇ ਪੁੱਛਿਆ, ਬਈ ਉਸ ਵੇਲੇ ਨਾਮਦਾਨ ਹੋਇਆ ਸੀ, ਬਾਣੀ ਦਾ ਉਪਦੇਸ਼ ਹੋਇਆ ਸੀ, ਰਹਿਤ ਦਾ ਉਪਦੇਸ਼ ਹੋਇਆ ਸੀ ਤੇ ਪੰਥਕ ਜੀਵਨ ਦਾ ਉਪਦੇਸ਼ ਮਿਲਿਆ ਸੀ? ਸੁਜਾਨ ਸਿੰਘ ਕਹਿਣ ਲੱਗੇ, ਹਾਂਜੀ ਠੀਕ ਹੀ ਹੋਇਆ ਸੀ। ਸੰਤ ਜੀ ਨੇ ਆਖਿਆ, ਭਾਈ ਫਿਰ ਸਤਿਗੁਰੂ ਦੇ ਸਰੂਪ ਪੰਜਾਂ ਪਿਆਰਿਆਂ ਨੇ ਗੁਰੂ ਕੀ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ ਰੂਪ ਹੋ ਕੇ ਤੁਸਾਂ ਨੂੰ ਨਾਮ ਬਖਸ਼ਿਆ ਸੀ, ਸੋ ਤੁਹਾਨੂੰ ਨਾਮ ਤੇ ਮਿਲਿਆ ਹੋਇਆ, ਪਰ ਤੁਸੀਂ ਰਾਸ ਪ੍ਰਾਪਤ ਕਰਕੇ ਉਸਦਾ ਵਣਜ ਨਹੀਂ ਕੀਤਾ, ਵਪਾਰ ਨਹੀਂ ਕੀਤਾ। ਇਸ ਤਰ੍ਹਾਂ ਸਮਝੋ ਕਿ ਤੁਸੀਂ ਐਸੇ ਵਿਅਕਤੀ ਹੋ ਜਿਸ ਨੂੰ ਮਾਲਕ ਨੇ ਪੂੰਜੀ ਤੇ ਦੇ ਦਿੱਤੀ ਪਰ ਉਸਨੇ ਸਾਂਭ ਕੇ ਰੱਖ ਛੱਡੀ ਹੈ, ਵਪਾਰ ਵਿੱਚ ਲਾ ਕੇ ਉਸਦਾ ਵਾਧਾ ਨਹੀਂ ਕੀਤਾ। ਆਖਣ ਲੱਗੇ, ਭਾਈ ਫਿਰ ਤੇ ਜ਼ਰੂਰ ਹੁਣੇ ਹੀ ਵਪਾਰ ਵਿੱਚ ਲੱਗ ਪੈਣਾ ਚਾਹੀਦਾ। ਸੁਜਾਨ ਸਿੰਘ ਹੋਰਾਂ ਨੇ ਆਖਿਆ, ਜੀ ਕਿਵੇਂ? ਸੰਤ ਜੀ ਨੇ ਜਵਾਬ ਦਿੱਤਾ, ਮੈਂ ਤੁਹਾਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਮਿਹਰ ਦੀ ਇੱਕ ਸਾਖੀ ਸੁਣਾ ਦੇਣਾ। ਜਿਵੇਂ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੁਣੇ ਸੁਣਾਇਆ, ਉਸ ਤੋਂ ਇਸੇ ਕਰਨੀ ਦੀ ਹੋਰ ਸਮਝ ਪੈ ਜਾਏਗੀ। ਸਤਿਗੁਰੂ ਜੀ ਦੇ ਸਮੇਂ ਦੋ ਸਿੱਖ ਹੋਏ, ਇੱਕ ਸੀ ਫਿਰਨਾ ਤੇ ਦੂਸਰਾ ਸੀ ਭਾਈ ਜੋਧ। ਲੱਗਦਾ ਕਿ ਦੋਵੇਂ ਖਡੂਰ ਦੇ ਵਾਸੀ ਹੋਣਗੇ। ਇਹ ਦੋਵੇਂ ਗੁਰੂ ਜੀ ਦਾ ਜਸ ਸੁਣ ਕੇ ਤੇ ਵੈਰਾਗ ਵਿੱਚ ਭਰ ਕੇ ਗੁਰੂ ਨਾਨਕ ਦੀ ਸ਼ਰਨ ਆਏ ਤੇ ਇਸ ਤਰ੍ਹਾਂ ਅਰਦਾਸ ਕੀਤੀ ਉਹਨੇ, ਸੱਚੇ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪਣਾ ਪਾਵਨ ਉਪਦੇਸ਼ ਬਖਸ਼ੋ ਜਿਸ ਨਾਲ ਸਾਡਾ ਕਲਿਆਣ ਹੋਵੇ, ਸਾਨੂੰ ਸਿੱਖੀ ਜੀਵਨ ਮਿਲ ਜਾਏ ਤੇ ਅੰਤ ਵੇਲੇ ਅਸੀਂ ਜਮ ਤੋਂ ਬਚ ਸਕੀਏ। ਸਤਿਗੁਰੂ ਜੀ ਨੇ ਬਚਨ ਕੀਤਾ, ਆਖਣ ਲੱਗੇ, ਭਾਈ ਪਹਿਲੀ ਗੱਲ ਵਾਹਿਗੁਰੂ ਨੂੰ ਮੰਨੋ ਕਿ ਉਹ ਹੈ ਤੇ ਮੇਰੇ ਅੰਗ ਸੰਗ, ਦੂਸਰਾ ਉਸ ਨੂੰ ਮਾਲਕ ਸਮਝੋ ਤੇ ਆਪਣੇ ਆਪ ਨੂੰ ਦਾਸ ਸਮਝੋ। ਇਸ ਭਾਵਨਾ ਦੇ ਨਾਲ ਆਪਣੇ ਮਨ ਨੂੰ ਨੀਵਾਂ ਰੱਖੋ। ਮਨ ਨੀਵਾਂ ਕਰਨ ਨਾਲ ਹਉਮੈ ਦੂਰ ਹੁੰਦੀ ਹੈ, ਜੋ ਹਉਮੈ ਸਾਡੇ ਤੇ ਵਾਹਿਗੁਰੂ ਜੀ ਵਿੱਚ ਵਿਥ ਪਾਉਂਦੀ। ਮਨ ਨੀਵਾਂ ਰੱਖਣ ਲਈ ਸੇਵਾ ਕਰੋ ਨਾਮ ਦੇ ਪਿਆਰੇ ਗੁਰਮੁਖਾਂ ਗੁਰਸਿੱਖਾਂ ਦੀ। ਫਿਰ ਇਸ ਮਨ ਨੂੰ ਪਰਮੇਸ਼ਰ ਦੇ ਭੈ ਤੇ ਭਾਵ ਵਿੱਚ ਲਾਉਣ ਵਾਸਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਦਾ ਅਭਿਆਸ ਕਰਨਾ ਤੇ ਬਾਣੀ ਨਾਲ ਪਿਆਰ ਕਰਨਾ। ਗੁਰੂ ਜੀ ਕਹਿਣ ਲੱਗੇ, ਭਾਈ ਜੇ ਚਾਹੁੰਦੇ ਹੋ ਕਿ ਮਨ ਨੀਵਾਂ ਹੋਵੇ ਤਾਂ ਸਤਸੰਗ ਕਰੋ, ਬਾਣੀ ਦਾ ਵਿਚਾਰ ਕਰੋ ਤੇ ਉਹਦੇ ਤੇ ਅਮਲ ਕਰੋ। ਇਸ ਤਰ੍ਹਾਂ ਗੁਰੂ ਜੀ ਦੀ ਸਿੱਖਿਆ ਤੇ ਅਮਲ ਕਰਦਿਆਂ ਦੋਵਾਂ ਦਾ ਉਧਾਰ ਹੋ ਗਿਆ। ਸੁਜਾਨ ਸਿੰਘ ਜੀ ਆਖਣ ਲੱਗੇ, ਜੀ ਇਹ ਵਾਲੀ ਸਾਖੀ ਵੀ ਉਹੀ ਪ੍ਰੇਰਣਾ ਦਿੰਦੀ ਹੈ ਜੋ ਤੁਸਾਂ ਪਹਿਲਾਂ ਗੁਰੂ ਕੇ ਸ਼ਬਦ ਵਿੱਚੋਂ ਸੁਣਾਈ ਸੀ। ਸੰਤ ਜੀ ਕਹਿਣ ਲੱਗੇ, ਫਿਰ ਇਹੀ ਤੇ ਗੱਲ ਹੈ ਭਾਈ, ਸੰਤਾਂ ਕੋਲ ਹੋਰ ਕਿਹੜੀ ਆਪਣੀ ਗੱਲ ਹੈ,
ਗੁਰੂ ਕੀ ਬਖਸ਼ੀ ਮੱਤ ਹੈ, ਸੋ ਸੁਣੋ ਤੇ ਉਸ ਆਗਿਆ ਅਨੁਸਾਰ ਤੁਰੋ। ਗੁਰੂ ਨੇ ਕਿਹਾ ਸੀ ਨਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਸਰਦਾਰ ਸੁਜਾਨ ਸਿੰਘ ਫਿਰ ਪੁੱਛਣ ਲੱਗੇ, ਮਹਾਰਾਜ ਜੀ ਸਤ ਬਚਨ, ਪਰ ਨਾ ਮੈਨੂੰ ਕੁਝ ਸੰਗ ਆਉਂਦੀ ਹੈ ਗੱਲ ਕਰਦਿਆਂ, ਪਰ ਫਿਰ ਖਿਆਲ ਆਉਂਦਾ ਹੈ ਬਈ ਜੇ ਡਾਕਟਰ ਨੂੰ ਵੀ ਦੁੱਖ ਨਾ ਦੱਸਿਆ ਤੇ ਦੁੱਖ ਦੂਰ ਕਿਵੇਂ ਹੋਵੇਗਾ। ਜੋ ਸਮਤ ਤੁਸੀਂ ਬਾਣੀ ਤੇ ਪ੍ਰਸੰਗ ਸੁਣਾ ਕੇ ਦੱਸੀ ਹੈ, ਇਹ ਹੀ ਤੁਸੀਂ ਇੱਕ ਦਿਨ ਕਥਾ ਵਿੱਚ ਵੀ ਸੁਣਾਈ ਸੀ, ਤੇ ਤੁਹਾਡਾ ਇਹ ਦਾਸਰਾ ਇਸੇ ਯਤਨ ਵਿੱਚ ਰਹਿੰਦਾ। ਦਿਲ ਲੱਗਦਾ ਬਾਣੀ ਮਨ ਨੂੰ ਜੋੜਦੀ ਵੀ ਹੈ, ਸੁਝੀ ਵੀ ਦਿੰਦੀ ਹੈ। ਤੁਸਾਂ ਜੋ ਮੈਨੂੰ ਹੱਠ ਯੋਗ ਦੀਆਂ ਸਾਧਨਾ ਵੱਲੋਂ ਰੋਕ ਕੇ ਸਮਝਾਇਆ ਸੀ ਕਿ ਮਨ ਨੂੰ ਕਿਉਂ ਮਾਰਦੇ ਹੋ, ਇੰਦਰੀਆਂ ਨੂੰ ਕਿਉਂ ਜੜ ਕਰਦੇ ਹੋ, ਮਨ ਦੇ ਪ੍ਰਵਾਹ ਨੂੰ ਨਾ ਰੋਕੋ, ਹਾਂ ਇਸ ਦਾ ਪ੍ਰਵਾਹ ਬਦਲ ਦਿਓ। ਦਰਿਆ ਨੂੰ ਰੋਕਣ ਦਾ ਯਤਨ ਨਾ ਕਰੋ, ਰੋਕਣਾ ਅਤ ਔਖ ਹੈ। ਹਾਂ ਇਹਦੇ ਵਿੱਚੋਂ ਨਾ ਨਹਿਰ ਕੱਢ ਲਓ ਤੇ ਉਸ ਨਹਿਰ ਤੋਂ ਲਾਭ ਲਵੋ। ਮੈਂ ਆਪ ਤੋਂ ਅੱਗੇ ਵਚਨ ਸੁਣਿਆ ਸੀ ਕਿ ਮਨ ਨੂੰ ਝੂਠੇ ਬਿਨਸ ਜਾਣ ਵਾਲੇ ਪਦਾਰਥਾਂ ਵੱਲੋਂ ਮੋੜ ਕੇ ਵਾਹਿਗੁਰੂ ਜੀ ਵੱਲ ਲਾਓ, ਨਾਸ ਹੋ ਜਾਣ ਵਾਲੇ ਪਿਆਰੇ ਪਦਾਰਥਾਂ ਦੇ ਸੰਕਲਪ ਵਿਕਲਪ ਵਿੱਚ ਰੁੜਨ ਤੋਂ ਮਨ ਨੂੰ ਰੋਕ ਕੇ ਅਵਿਨਾਸ਼ੀ ਵਾਹਿਗੁਰੂ ਦੇ ਪਿਆਰ ਸੰਕਲਪ ਵਿੱਚ ਲਿਆਓ ਤੇ ਤੁਸੀਂ ਵਿਧੀ ਦੱਸੀ ਸੀ ਨਾਮ ਜਪੋ। ਇਸ ਤਰ੍ਹਾਂ ਮਨ ਟਿਕਦਾ ਤੇ ਟਿਕਦਾ ਜਿਉਂਦੇ ਜੀਵਨ ਦੇ ਸੋਮੇ ਉੱਤੇ ਹੈ ਤੇ ਉਸ ਨਾਲ ਮੇਲ ਪਾ ਕੇ ਅਨੰਤ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ। ਤੁਹਾਡੇ ਸਾਰੇ ਬਚਨ ਮੈਨੂੰ ਯਾਦ ਨੇ, ਮੈਂ ਆਪਣੇ ਵੱਲੋਂ ਯਤਨ ਵੀ ਕਰਨਾ, ਪਰ ਮਨ ਦੀਆਂ ਰੁਚੀਆਂ ਬੜੀਆਂ ਅਮੋੜ ਨੇ, ਰੋਕਣ ਦਾ ਯਤਨ ਕਰੀਦਾ ਰੁਕ ਵੀ ਜਾਂਦੀ ਹੈ, ਪਰ ਫਿਰ ਉਸੇ ਰਾਹੇ ਲੈ ਤੁਰਦੀ ਹੈ, ਜਿਵੇਂ ਕਹੀਦਾ ਵੀ ਝੱਸ ਪੈ ਜਾਂਦਾ। ਉਸ ਬੰਦੇ ਨੂੰ ਜਿਵੇਂ ਜਿਸ ਨੂੰ ਕਿਤੇ ਸ਼ੁਦਾਪੁਣੇ ਤੋਂ ਰਾਜ਼ੀ ਹੋਣ ਦੀ ਅਵਸਥਾ ਮਿਲ ਜਾਏ ਪਰ ਬਾਰ ਬਾਰ ਉਸ ਨੂੰ ਸ਼ੁਤਾ ਦਾ ਚੱਲ ਪਵੇ, ਇਸੇ ਤਰ੍ਹਾਂ ਰੁਕ ਰੁਕ ਕੇ ਮਾੜੀਆਂ ਰੁਚੀਆਂ ਫਿਰ ਆਪਣੇ ਪਾਸੇ ਵੱਲ ਖਿੱਚ ਕੇ ਲੈ ਜਾਂਦੀਆਂ ਨੇ। ਤੁਸੀਂ ਕਿਰਪਾ ਕਰਕੇ ਕੋਈ ਇਲਾਜ ਦੱਸੋ। ਸੰਤ ਜੀ ਠੰਡਾ ਸਾਹ ਲੈ ਕੇ ਆਖਣ ਲੱਗੇ, ਭਾਈ ਤੁਸੀਂ ਸੱਚ ਕਿਹਾ, ਪਰ ਗੁਰੂ ਦਾ ਵਾਕ ਹੈ ਭਰੀਐ ਮਤ, ਪਾਪਾਂ ਕੈ ਸੰਗ ਉਹ ਤੋਪੈ ਨਾਵੇਂ ਕੈ ਰੰਗ। ਸਰਦਾਰ ਸੁਜਾਨ ਸਿੰਘ ਕਹਿਣ ਲੱਗੇ, ਜੀ ਗੁਰੂ ਦੀ ਮਿਹਰ ਨਾਲ ਇਹ ਯਤਨ ਤੇ ਜਾਰੀ, ਪਰ ਬੜੇ ਤਗੜੇ ਅਵੈੜੇ ਪਸ਼ੂ ਵਾਂਗ ਮਨ ਕਦੇ ਨਾ ਕਦੇ ਜਾ ਹੀ ਪੈਂਦਾ ਆਪਣੇ ਝੱਸ ਵਿੱਚ ਤੇ ਮਾੜੀਆਂ ਸੋਚਾਂ ਤੇ ਮਾੜੀਆਂ ਕਰਨੀਆਂ ਵੱਲ। ਸੰਤ ਜੀ ਨੇ ਜਵਾਬ ਦਿੱਤਾ, ਪਹਿਲੀ ਗੱਲ ਯਾਦ ਰੱਖੋ, ਵਾਹਿਗੁਰੂ ਜੀ ਹੈ। ਦੂਸਰਾ, ਵਾਹਿਗੁਰੂ ਮੇਰਾ ਆਪਣਾ। ਤੇ ਤੀਸਰਾ, ਵਰਤੋਂ ਵਿੱਚ ਸੱਚ ਨੂੰ ਧਾਰਨ ਕਰੋ। ਜਦੋਂ ਜੀਵ ਮਾੜੇ ਕਰਮਾਂ ਉੱਤੇ ਪਰਦਾ ਪਾਉਂਦਾ ਨਾ ਬਣਾਵਟਾਂ ਦਾ, ਲੋਕਾਂ ਕੋਲੋਂ ਨਹੀਂ ਸਗੋਂ ਆਪਣੇ ਆਪ ਕੋਲੋਂ, ਤਦੋਂ ਜੇ ਸੱਚ ਧਾਰ ਲਵੇ ਤੇ ਫਿਰ ਬਚਾਵ ਸ਼ੁਰੂ ਹੋ ਜਾਂਦਾ। ਆਪਣੇ ਵਿਚਾਰਾਂ ਤੇ ਕਰਮਾਂ ਨੂੰ ਆਪ ਸੱਚ ਦੇ ਚਾਨਣ ਵਿੱਚ ਤੱਕੋ ਤਾਂ ਨਾ ਫਿਰ ਆਪਣੇ ਆਪ ਹੀ ਆਪਣੇ ਆਪ ਨੂੰ ਸ਼ਰਮ ਆਵੇਗੀ। ਫਿਰ ਜੋ ਸੋਚੇਗਾ ਬਈ ਜੇ ਮੈਂ ਸੱਚ ਬੋਲਣ ਦਾ ਯਤਨ ਕਰਦਾ ਤੇ ਮੇਰੇ ਕੋਲੋਂ ਕਿਸੇ ਨੇ ਪੁੱਛ ਲਿਆ ਬਈ ਫਲਾਣੀ ਗੱਲ ਕਿਵੇਂ ਹੈ, ਤੇ ਜੇ ਸੱਚ ਬੋਲਿਆ ਤੇ ਇੱਜ਼ਤ ਲੱਥ ਜਾਏਗੀ, ਤੇ ਜੇ ਝੂਠ ਬੋਲਿਆ ਤੇ ਫਿਰ ਸੱਚ ਬੋਲਣ ਦਾ ਪ੍ਰਣ ਟੁੱਟੇਗਾ। ਇਸ ਤਰ੍ਹਾਂ ਲੋਕ ਲਾਜ ਦਾ ਡਰ ਜਿਹੜਾ ਪਹਿਲਾਂ ਲੋਕਾਂ ਦਾ ਗੁਲਾਮ ਬਣਾਉਂਦਾ ਸੀ, ਹੁਣ ਇਹ ਇਸ ਦਾ ਸਹਾਇਕ ਹੋ ਜਾਏਗਾ ਆਚਰਨ ਉੱਚਾ ਕਰਨ ਦਾ। ਜਦੋਂ ਤੱਕ ਕਿ ਆਤਮਾ ਵਿੱਚ ਬਲ ਨਹੀਂ ਜਾਗਦਾ ਆਪਣਾ, ਤੇ ਜਦੋਂ ਤੱਕ ਰਸ ਨਹੀਂ ਪੈਂਦਾ ਨਾਮ ਦਾ, ਉਦੋਂ ਤੱਕ ਸੱਚ ਦਾ ਪ੍ਰਣ ਧਾਰਨ ਕਰਕੇ ਅੰਦਰ ਵਰਤੀ ਰੌਸ਼ਨੀ ਤੇ ਲੋਕ ਲਾਜ ਦੋਵੇਂ ਰਲ ਕੇ ਇਸ ਨੂੰ ਮਾੜੇ ਕਰਮਾਂ ਤੋਂ ਰੋਕਣ ਵਿੱਚ ਸਹਾਇਕ ਹੁੰਦੇ ਨੇ। ਇਹ ਵੀ ਸਮਝ ਲਓ ਬਈ
सच धारण करन नाल बंदा बलवान हो जांदा है, मन तगड़ा हो जांदा है। अते तगड़ा पुरख ही सतवादी हो सकदा है ते सतवादी बलवान हो जांदा है। सरदार सुजान सिंह ने जवाब दिता, जी तुसी ठीक आख्या है, स्वाद आ गया। अच्छा जी, मैं हुण ना इसे गल नूं ही धारण करांगा। धन हो तुसी, मेहर है गुरु नानक दी। संत जी कहन लगे, गुरमुखो धन गुरु नानक आखो। सरदार सुजान सिंह ने आख्या, जी धन गुरु नानक। एक बेनती होर है, संगत वालों एक संदेश मैनू मिलिया सी, बई मैं तुहाडी सेवा विच बेनती करां कि तुसी इस गुरु नानक देव जी दे प्रकाश दिवस ते संगत विच दर्शन दिओ। संत जी ने आख्या, गुरमुखो अगे ही ना कुछ सिंघां राही इह संदेश पहुंच चुका है, आ गया सिर मथे, पर इस वार संकल्प सी बई गुरपुरब पौंटा साहब करिए। उधर गुरु के सिख बहुत गरीब ने ते गरीब किरती सिखां वाल प्रचार कोई नहीं करदा, इस करके असां सतगुरु जी दे कौतकां दा एक प्रसंग लिखिया सी, बई इह कल देंगे तां कि गुरपुरब वाले दिन कोई प्रेमी इह प्रसंग सुना देवे ते कथा हो जाए। पर सानू पौंटा साहब तो यह प्रेमी खिंच लिया है, जिहड़ा जंगलां दा अफसर है, यह है ते हिंदू सज्जन, इस पासे दा रहण वाला ते गुरसिखी दा जाणू नहीं, इस नूं हुण गुरु घर नाल प्रेम हो गया है। शायद जे यह सुखी हो जाए तां इहदे नाल होर अनेकां प्रेमी भी जो इस दे जाणू ने वह भी सुखी हो जाणगे। सो जे समा मिलिया पौंटे साहब फिर चले जाण दा तां तुसीं प्रसंग लै जाओ ते संगत नूं दे देना, इहदे नाल कथा भी हो जाएगी ते नाले जिहड़ी मुश्किल तुसां अपनी दसी सी ना उस दा भी वेरवे वार इलाज एक हो चुके गुरु के सिख दी वरतों तों तुहानूं ते होर जग्यासियां नूं मिल पवेगा। जे गुरु का पाणा होया शायद हो सकदा है फिर मैं तुहाडे चरणां विच पहुंच ही जावां। वैसे काठ की पुत्री कहां करे बपुरी, खिलावन हारो जाने। ये कह के संत जी ने बस्ता मंगवाया ते अपना लिखिया होया प्रसंग सुजान सिंह दे हवाले कर दिता। हुण भाई सुजान सिंह ने आग्या लई ते उथों तुर पिया। जिहड़ा प्रसंग संत जी होरां ने गुरपुरब लई लिखिया सी उह इस तरह सी। जदों श्री गुरु नानक देव जी इस दुखी जगत दा उधार करन लई घर बार त्याग के परदेसां वल नूं तुरे सन तां पहलों उहनां ने तुलंबे दे नेड़े वसदे जिस कुफरगढ़ नूं तोड़िया उह सज्जन ठग दा ठगी वाला टिकाणा सी। इस भुले हुए जीव नूं रस्ते पा के ते इस दे घर नूं जिहड़ा पहलों पापां दा रूप सी उस नूं धर्मशाला बना के आप अगे तुरे सन। रस्ते विच अनेकां जीव तारे, अनेकां वड्डे पापियां नूं ठीक रस्ते ते पा के तारिया, फिर आप आसाम पहुंचे। इत्थे सब तों औखी थां एक चेटकी फकीर नूरशाह नाम दी औरत दा सी। इस औरत ने जो बहुत वध तगड़ी ते बहुत स्याणी सी, बड़े बड़े वड्डे वड्डे साध अमीर ते वड्डे लोग चेले बना रखे सन। इस कोल इन्ना बल सी बई जिहड़ा भी इस दे नेड़े आउंदा ਉਹ ਇਸ ਦੇ ਜਾਲ ਵਿੱਚ ਫਸ ਜਾਂਦਾ ਸੀ ਤੇ ਇਸ ਦੇ ਰੁਪਏ ਨਾਲ ਛੱਡੇ ਦੂਤ ਦੂਤਣੀਆਂ ਦੂਰ ਨੇੜੇ ਤੋਂ ਲੋਕਾਂ ਨੂੰ ਇਸ ਦਾ ਜਸ ਗਾ ਕੇ ਇਸ ਦੇ ਫੰਦੇ ਵਿੱਚ ਫਸਾ ਦਿੰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦੇ ਸੂਰਜ ਸਤਿਗੁਰੂ ਨੇ ਇਸ ਕੁਫਰਗੜ ਨੂੰ ਵੀ ਸੋਧਿਆ, ਇਹ ਬੀਬੀ ਵੀ ਸਿੱਧੇ ਰਸਤੇ ਪੈ ਗਈ।
ਪਾਪ ਤੇ ਝੂਠ ਇਸ ਨੇ ਤਿਆਗ ਦਿੱਤਾ। ਜਦੋਂ ਵਾਹਿਗੁਰੂ ਜੀ ਦੇ ਨਾਮ ਦੇ ਰਸਤੇ ਪੈ ਗਈ ਤਾਂ ਇਹ ਚੰਗੇ ਭਾਗਾਂ ਵਾਲੀ ਹੋ ਗਈ। ਅਨੇਕਾਂ ਲੋਕ ਜਿਹੜੇ ਇਸ ਦੇ ਮਗਰ ਲੱਗ ਕੇ ਕੁਰਾਏ ਪੈ ਰਹੇ ਸਨ ਉਹ ਚੰਗੇ ਮਾਰਗ ਪੈ ਗਏ। ਇਹ ਵੱਡੇ ਦੁੱਖਾਂ ਦਾ ਟਿਕਾਣਾ ਹੁਣ ਸੁੱਖਾਂ ਦਾ ਰੂਪ ਹੋ ਕੇ ਜਗਤ ਨੂੰ ਸੁੱਖ ਦੇਣ ਲੱਗ ਪਿਆ। ਫਿਰ ਗੁਰੂ ਨਾਨਕ ਦੇਵ ਜੀ ਨੂੰ ਇੱਕ ਹੋਰ ਥਾਂ ਦੀ ਸੂਹ ਪਈ ਜਿੱਥੇ ਪੁੰਨ ਦੇ ਭੁਲੇਖੇ ਪਾਪ ਵਰਤ ਰਿਹਾ ਸੀ। ਢਾਕੇ ਦੇ ਨੇੜੇ ਹੀ ਇੱਕ ਪਿੰਡ ਵਿੱਚ ਇੱਕ ਜ਼ਿਮੀਦਾਰ ਰਹਿੰਦਾ ਸੀ। ਜਾਪਦਾ ਬਈ ਇਹ ਨਾ ਢਾਕੇ ਦੇ ਨੇੜੇ ਦੇ ਇਲਾਕੇ ਦੀ ਗੱਲ ਹੈ ਤਾਂ ਇਹ ਜ਼ਿਮੀਦਾਰ ਸੀ ਪਰ ਇਸਦਾ ਕੰਮ ਇਹ ਸੀ ਬਈ ਇਹ ਦਿਨ ਵੇਲੇ ਉਜਾੜ ਥਾਵਾਂ ਤੇ ਧਾੜਾ ਡਾਕਾ ਮਰਵਾਉਂਦਾ ਸੀ ਤੇ ਰਾਤ ਵੇਲੇ ਚੋਰੀਆਂ ਕਰਵਾਉਂਦਾ ਸੀ। ਇਸ ਤਰ੍ਹਾਂ ਬਹੁਤ ਸਾਰਾ ਮਾਲ ਪਦਾਰਥ ਹੱਥ ਆ ਜਾਣ ਕਰਕੇ ਇਸ ਦੇ ਪਾਸ ਚੋਰ ਤੇ ਧਾੜਵੀ ਨੌਕਰ ਵੀ ਗਏ ਸਨ। ਪਰ ਇਸ ਭੁੱਲੇ ਹੋਏ ਜੀਵ ਨੂੰ ਕਿਤੋਂ ਇਹ ਸੋਝੀ ਆ ਗਈ ਬਈ ਪਾਪ ਘਟਾਉਣ ਦੇ ਲਈ ਨਾ ਬੰਦੇ ਨੂੰ ਪੁੰਨ ਕਰਨਾ ਚਾਹੀਦਾ। ਇਸ ਲਈ ਇਸ ਨੇ ਆਪਣੇ ਘਰ ਵਿੱਚ ਸਦੀਵੀ ਲੰਗਰ ਵੀ ਲਾਇਆ ਹੋਇਆ ਸੀ। ਇਹਨੇ ਖੁੱਲੇ ਜੀਵ ਵਾਲਾ ਸੀ ਬਈ ਜਿਹੜਾ ਆਵੇ ਤ੍ਰਿਪਤ ਹੋ ਕੇ ਜਾਵੇ, ਕਿਸੇ ਨੂੰ ਨਾ ਨਹੀਂ ਸੀ ਕਰਦਾ। ਇਸ ਜ਼ਿਮੀਦਾਰ ਨੇ, ਜਿਸ ਨੂੰ ਇਤਿਹਾਸ ਵਿੱਚ ਭੂਮੀਆਂ ਕਰਕੇ ਆਖਿਆ ਹੈ, ਆਪਣੇ ਪਿੰਡ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਬਈ ਜੇ ਕੋਈ ਸਾਧ ਫਕੀਰ ਆਵੇ ਤਾਂ ਮੇਰੇ ਵੱਲ ਘੱਲ ਦਿਓ, ਮਤੇ ਕੋਈ ਹੋਰ ਆਪਣੇ ਘਰ ਰੱਖੇ, ਜੇ ਕੋਈ ਰੱਖੇਗਾ ਤਾਂ ਮੈਂ ਉਸਦਾ ਨੁਕਸਾਨ ਕਰਾਂਗਾ। ਇਸ ਦਾ ਲੰਗਰ ਅੱਠੇ ਪੈਰ ਚੱਲਦਾ ਰਹਿੰਦਾ ਸੀ। ਇਹ ਇਸ ਖਿਆਲ ਵਿੱਚ ਸੀ ਬਈ ਮੈਂ ਜਿਹੜਾ ਹਰ ਵੇਲੇ ਇਹ ਅੰਨ ਦਾਨ ਕਰਦਾ ਉਹਦੇ ਨਾਲ ਮੇਰਾ ਭਲਾ ਹੁੰਦਾ, ਤੇ ਮੈਂ ਜਿਹੜਾ ਇਹ ਚੋਰੀਆਂ ਤੇ ਲੁੱਟ ਕਰਵਾਉਣਾ ਉਹ ਮੈਨੂੰ ਇਸ ਲਈ ਦੁਖੀ ਨਹੀਂ ਕਰ ਸਕਦੇ ਕਿਉਂਕਿ ਮੈਂ ਸਭ ਤੋਂ ਵੱਡਾ ਅੰਨ ਦਾਨ ਪੁੰਨ ਵਾਲਾ ਕੰਮ ਕਰ ਰਿਹਾ। ਨਾਲੇ ਕਦੇ ਇਹ ਵੀ ਸੋਚ ਲਿਆ ਬਈ ਐਡਾ ਵੱਡਾ ਕੰਮ ਜਿਹੜਾ ਮੈਂ ਸਦੀਵੀ ਲੰਗਰ ਤੋਰਨਾ ਹੋਇਆ, ਇਹ ਭਲਾ ਕਿਵੇਂ ਚੱਲੇਗਾ ਜੇ ਮੈਂ ਲੋਕਾਂ ਕੋਲੋਂ ਪੈਸੇ ਨਾ ਲੁੱਟਾਂ। ਸੱਜਣ ਠੱਗ ਤੇ ਹੋਰ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਾਰਿਆ ਸੀ, ਉਹਨਾਂ ਨੂੰ ਇਹ ਭੁਲੇਖਾ ਨਹੀਂ ਸੀ ਵੀ ਅਸੀਂ ਪੁੰਨ ਕਰਮ ਕਰਦੇ ਹਾਂ। ਉਹ ਤੇ ਜਾਣਦੇ ਸਨ ਵੀ ਅਸੀਂ ਪਾਪ ਕਰਦੇ ਹਾਂ। ਉਹਨਾਂ ਨੇ ਪੁੰਨ ਕਰਮਾਂ ਨੂੰ ਪਾਪ ਢੱਕਣ ਦਾ ਪਰਦਾ ਬਣਾਇਆ ਹੋਇਆ ਸੀ। ਪਰ ਇਸ ਧਾੜਵੀ ਨੇ ਆਪਣੇ ਪੁੰਨ ਕਰਮਾਂ ਦਾ ਭੁਲੇਖਾ ਪਾਇਆ ਹੋਇਆ ਸੀ ਬਈ ਮੈਂ ਸੇਵਾ ਕਰਦਾ ਪਰ ਸਵਾਰਥੀਆਂ ਤੇ ਪੁੰਨ ਕਰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੁੱਖ ਦੂਰ ਕਰਨ ਵਾਲੇ ਪਵਿੱਤਰ ਕੰਨਾਂ ਨੇ ਇਹ ਸੁਣ ਲਿਆ, ਦਿਲ ਪਸੀਜ ਗਿਆ ਬਈ ਇਸ ਮੂਰਖ ਦੇ ਹੱਥੋਂ ਸ੍ਰਿਸ਼ਟੀ ਦੁੱਖ ਪਾ ਰਹੀ। ਜਾਂਦੇ ਜਾਂਦੇ ਆਪ ਉਸ ਪਿੰਡ ਜਾ ਪਹੁੰਚੇ ਤੇ ਇੱਕ ਭਲੇ ਪੁਰਖ ਦੇ ਘਰ ਜਾ ਖੜੇ ਹੋਏ। ਉਸਨੇ ਦਰਸ਼ਨ ਕਰਕੇ ਸੁੱਖ ਹਾਸਲ ਕੀਤਾ ਤੇ ਮਨ ਕੀਤਾ ਬਈ ਸੇਵਾ ਕਰਾਂ, ਰਾਤ ਆਪਣੇ ਪਾਸ ਰੱਖਾਂ। ਇਹੋ ਜਿਹੇ ਚੰਗੇਰੇ ਰੂਪ ਵਾਲੇ ਕਿਸੇ ਸਾਧੂ ਦੇ ਮੈਂ ਦਰਸ਼ਨ ਨਹੀਂ ਕੀਤੇ ਜਿਸ ਦੇ ਦਰਸ਼ਨ ਕਰਦਿਆਂ ਮਨ ਨੂੰ ਠੰਡ ਪੈਂਦੀ ਹੋਵੇ। ਪਰ ਫਿਰ ਭੂਮੀਏ ਦਾ ਡਰ ਇਸ ਦੇ ਸਾਹਮਣੇ ਆ ਗਿਆ ਬਈ ਜਿਹੜਾ ਵੀ ਕਿਸੇ ਹੋਰ ਸਾਧ ਸੰਤ ਨੂੰ ਆਪਣੇ ਘਰ ਰੱਖੇਗਾ ਮੈਂ ਉਸਦਾ ਨੁਕਸਾਨ ਕਰਾਂਗਾ। ਇਸ ਲਈ ਆਖਣ ਲੱਗਾ, ਆਓ ਜੀ ਬੈਠੋ, ਆਰਾਮ ਕਰੋ, ਸੇਵਾ ਦੱਸੋ, ਤੁਹਾਡਾ ਘਰ ਹੈ, ਪਰ ਸਾਨੂੰ ਨਾ ਆਪਣੇ ਪਿੰਡ ਦੇ ਚੌਧਰੀ ਦਾ ਡਰ ਹੈ ਜਿਹੜਾ ਬਹੁਤ ਵੱਡਾ ਜ਼ਿਮੀਦਾਰ ਹੈ ਤੇ ਬਹੁਤ ਪਦਾਰਥ ਨੇ ਉਸਦੇ ਪਾਸ ਜਿਸ ਨੇ ਦੁਨੀਆਂ ਵਾਸਤੇ ਸਦਾ ਲਈ ਲੰਗਰ ਲਾਇਆ ਹੋਇਆ। ਉਸਦਾ ਹੁਕਮ ਹੈ ਬਈ ਮਤੇ ਕੋਈ ਆਪਣੇ ਘਰ ਆਏ ਕਿਸੇ ਸੰਤ ਫਕੀਰ ਜਾਂ ਕਿਸੇ ਲੋੜਵੰਦ ਨੂੰ ਆਪਣੇ ਘਰ ਰੱਖੇ, ਜੇ ਕੋਈ ਆਵੇ ਤਾਂ ਮੇਰੇ ਘਰ ਭੇਜ ਦਿਓ ਤੇ ਜੇ ਕੋਈ ਮੇਰੀ ਆਗਿਆ ਨਹੀਂ ਮੰਨੇਗਾ ਤਾਂ ਮੈਂ ਉਸ ਨੂੰ ਦੰਡ ਦਿਆਂਗਾ। ਸੋ
हे सतगुरु जी आओ मैं तुहानू उस दे घर पहुंचा। फिर आसमान वाल ताके आखन लगा हे नीले आसमान विच रहन वालिया इस भूमिए ने दुनिया का तो धन माल खोलिया पर साडे चंगे कर्म भी खोल है असी किस वेले चंग्याई करिए चंगा होवे वे साडा घर बार भी लुट लवे ते सानू कदे ना नेकी करदिया ना रोके। ਇਹ ਕਹਿ ਕੇ ਹੋਰ ਸੋਚੀ ਪੈ ਗਿਆ ਬਈ ਜੇ ਸਾਡਾ ਸਾਰਾ ਕੁਝ ਖੋ ਲਵੇ ਤੇ ਫਿਰ ਅਸੀਂ ਪੁੰਨ ਕਾਹਦੇ ਨਾਲ ਕਰਾਂਗੇ। ਅੱਛਾ ਜੋ ਹੋਵੇਗੀ ਵੇਖੀ ਜਾਏਗੀ। ਤੁਰਦੇ ਜਾਂਦਿਆਂ ਇਹਨੇ ਨੂੰ ਭੂਮੀਆਂ ਦਾ ਘਰ ਆ ਗਿਆ ਤੇ ਉਹ ਬੰਦਾ ਸਤਿਗੁਰੂ ਜੀ ਨੂੰ ਭੂਮੀਆਂ ਦੇ ਘਰ ਛੱਡ ਕੇ ਨਮਸਕਾਰ ਕਰਕੇ ਚਲਾ ਗਿਆ। ਜਦੋਂ ਭੂਮੀਆਂ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬਹੁਤ ਤੇਜ ਰੂਪ ਵਾਲਾ ਸੰਤ ਆਇਆ ਹੈ ਤੇ ਉਸ ਦੇ ਨਾਲ ਕੋਈ ਹੋਰ ਸਾਧੂ ਵੀ ਹੈ ਤਾਂ ਉਹ ਆਣ ਹਾਜ਼ਰ ਹੋਇਆ ਤੇ ਬੜੇ ਪਿਆਰ ਨਾਲ ਇੱਕ ਚੰਗੀ ਥਾਂ ਤੇ ਬਿਠਾ ਕੇ ਸੇਵਾ ਭਗਤ ਕਰਨ ਲੱਗਾ। ਦਰਸ਼ਨ ਕਰਕੇ ਠੰਡ ਪਈ ਮਨ ਆਖੇ ਕਦੇ ਇਹੋ ਜਿਹੇ ਬੰਦੇ ਨੂੰ ਨਹੀਂ ਸੀ ਤੱਕਿਆ ਜਿਸ ਨੂੰ ਤੱਕਣ ਨਾਲ ਮਨ ਨੂੰ ਸ਼ਾਂਤੀ ਮਿਲੇ। ਖਿੱਚ ਪਵੇ ਪਰ ਸਮਝ ਨਾ ਆਵੇ ਬਈ ਕਿਉਂ। ਭੂਮੀਆਂ ਨੇ ਪਹਿਲਾਂ ਬੜੇ ਪਿਆਰ ਨਾਲ ਮਿੱਠੇ ਬਚਨ ਬੋਲ ਕੇ ਆਦਰ ਕੀਤਾ ਫਿਰ ਆਖਣ ਲੱਗਾ ਸੰਤ ਜੀ ਭੋਜਨ ਤਿਆਰ ਹੈ ਆਓ ਤੇ ਆਪ ਛਕੋ। ਸਤਿਗੁਰੂ ਜੀ ਨੇ ਆਖਿਆ ਬਈ ਗੁਰਮੁਖਾ ਤੇਰਾ ਭਲਾ ਹੋਵੇ ਪਰ ਪਹਿਲੋਂ ਸਾਨੂੰ ਦੱਸ ਬਈ ਤੂੰ ਕੰਮ ਕੀ ਕਰਦਾ। ਇਹ ਗੱਲ ਸੁਣ ਕੇ ਨਾ ਭੂਮੀਆਂ ਦੇ ਮਨ ਵਿੱਚ ਜਿਵੇਂ ਡਰ ਜਿਹਾ ਆਇਆ। ਸੋਚਣ ਲੱਗਾ ਬਈ ਜੇ ਮੈਂ ਇਹ ਆਖਾਂ ਬਈ ਮੈਂ ਚੋਰੀ ਕਰਦਾ ਡਾਕੇ ਮਾਰਨਾ ਤਾਂ ਇਹ ਗੱਲ ਮਾੜੀ ਹੋਵੇਗੀ ਤੇ ਜੇ ਝੂਠ ਬੋਲਣਾ ਤੇ ਇਹ ਅੰਤਰਯਾਮੀ ਜਾਪਦੇ ਨੇ ਜਾਣ ਲੈਣਗੇ। ਨਾਲੇ ਜੇ ਇਹ ਕਿਤੇ ਕਿਸੇ ਵੈਰੀ ਤੋਂ ਪਤਾ ਕਰਕੇ ਹੀ ਆਏ ਹੋਣ ਬਈ ਮੇਰਾ ਕਿੱਤਾ ਤਾਂ ਮਾਰਨਾ ਤੇ ਖੋਣਾ ਹੈ ਤੇ ਫਿਰ ਮੈਨੂੰ ਮੂੰਹ ਤੇ ਸ਼ਰਮਿੰਦਿਆਂ ਕਰਨਗੇ। ਹੁਣ ਫਿਰ ਮੈਂ ਇਹਨਾਂ ਦੇ ਸਾਹਮਣੇ ਝੂਠ ਕਿਵੇਂ ਬੋਲਾਂ। ਜਿਸ ਵੇਲੇ ਇਹ ਮਨ ਵਿੱਚ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਸੀ ਨਾ ਗੁਰੂ ਜੀ ਇਸ ਦੇ ਚਿਹਰੇ ਵੱਲ ਆਪਣੀ ਮਿਹਰ ਦੀ ਨਜ਼ਰ ਨਾਲ ਵੇਖ ਰਹੇ ਸਨ। ਜਿਸ ਨਜ਼ਰ ਨਾਲ ਇਸ ਦੇ ਅੰਦਰਲੇ ਪਾਪ ਕੰਬੇ ਮਨ ਨੇ ਇੱਕ ਚੰਗਿਆਈ ਵੱਲ ਮੂੰਹ ਕੀਤਾ। ਇਸ ਘਬਰਾਹਟ ਵਿੱਚ ਇਸ ਦੇ ਮੂੰਹੋਂ ਨਿਕਲ ਗਿਆ ਦਾਤਾ ਜੀ ਮੇਰੀ ਰੋਜ਼ੀ ਬਹੁਤ ਮਾੜੀ ਮੇਰੀ ਕਿਰਤ ਚੰਗੀ ਨਹੀਂ ਜੋ ਤੁਸੀਂ ਪੁੱਛਿਆ ਮੈਨੂੰ ਦੱਸਣ ਵਿੱਚ ਡਰ ਆਉਂਦਾ ਪਰ ਸੱਚ ਗੱਲ ਇਹ ਆ ਬਈ ਮੈਂ ਤੇ ਦਿਨ ਰਾਤ ਲੋਕਾਂ ਨੂੰ ਲੁੱਟਣਾ ਚੋਰੀਆਂ ਕਰਵਾਉਣਾ ਪਰ ਇੱਕ ਗੱਲ ਹੈਗੀ ਜੇ ਮੈਂ ਸਦਾ ਉਸ ਪੈਸੇ ਨੂੰ ਭਲੇ ਕੰਮ ਵਿੱਚ ਲਾਉਣਾ। ਲੋਕਾਂ ਲਈ ਹਰ ਵੇਲੇ ਦਾ ਲੰਗਰ ਚੱਲਦਾ ਰਹਿੰਦਾ ਆਏ ਗਏ ਸਾਧ ਸੰਤ ਸਭ ਇੱਥੋਂ ਪ੍ਰਸੰਨ ਹੋ ਕੇ ਜਾਂਦੇ ਨੇ ਦੂਰੋਂ ਦੂਰੋਂ ਸਾਧੂ ਸੰਤ ਆਉਂਦੇ ਨੇ ਮੈਂ ਸੇਵਾ ਕਰਨਾ ਤੇ ਉਹ ਹਰ ਤਰ੍ਹਾਂ ਪ੍ਰਸੰਨ ਹੁੰਦੇ ਨੇ ਤੇ ਆਖਦੇ ਨੇ ਬਈ ਤੇਰੇ ਵਰਗਾ ਚੰਗੇ ਜੀਵਨ ਵਾਲਾ ਪੁੰਨੀ ਹੋਰ ਕੋਈ ਨਹੀਂ। ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ ਤੇਰਾ ਭਲਾ ਹੋਵੇ ਤੂੰ ਸੱਚ ਬੋਲਿਆ। ਭੂਮੀਆਂ ਕਹਿਣ ਲੱਗਾ ਗੁਰੂ ਜੀ ਅੱਗੇ ਨਾ ਮੇਰੇ ਕੋਲੋਂ ਕਦੇ ਕਿਸੇ ਨੂੰ ਇਸ ਤਰ੍ਹਾਂ ਪੁੱਛਣ ਦੀ ਹਿੰਮਤ ਹੀ ਨਹੀਂ ਪਈ ਤੇ ਨਾ ਮੈਂ ਆਪਣੇ ਮੂੰਹ ਕਦੇ ਕਿਸੇ ਨੂੰ ਇਹ ਗੱਲ ਆਖੀ ਹੈ ਬਈ ਮੈਂ ਚੋਰੀਆਂ ਕਰਨਾ ਜਾਂ ਡਾਕੇ ਮਰਵਾਉਣਾ। ਪਰ ਸੰਤ ਜੀ ਤੁਹਾਡੀਆਂ ਅੱਖਾਂ ਵਿੱਚ ਪਤਾ ਨਹੀਂ ਕੀ ਖਿੱਚ ਹੈ। ਅੱਜ ਪਹਿਲਾ ਦਿਨ ਹੈ ਬਈ ਤੁਹਾਨੂੰ ਦੱਸਣ ਲੱਗਿਆ ਨਾ ਮੈਂ ਘਬਰਾ ਰਿਹਾ ਸਾਂ ਇਸ ਲਈ ਮੈਂ ਸੱਚ ਕਹਿ ਦਿੱਤਾ ਹੁਣ ਤੁਸੀਂ ਆਓ ਤੇ ਪ੍ਰਸ਼ਾਦਾ ਛਕੋ। ਗੁਰੂ ਜੀ ਆਖਣ ਲੱਗੇ ਭਾਈ ਜਦੋਂ ਤੇਰੀ ਕਮਾਈ ਤੇਰੇ ਆਪਣੇ ਦੱਸਣ ਮੁਤਾਬਕ ਹੀ ਮਾੜੀ ਏ ਤਾਂ ਫਿਰ ਇਹ ਭੋਜਨ ਫਕੀਰਾਂ ਦੇ ਖਾਣ ਦਾ ਤੇ ਨਹੀਂ ਹੈਗਾ। ਭੂਮੀਆਂ ਆਖਣ ਲੱਗਾ ਜੀ ਜਦੋਂ ਮੈਂ ਸਾਰੀ ਕਮਾਈ ਨੂੰ ਚੰਗੇ ਪਾਸੇ ਲਾਉਣਾ ਤਾਂ ਵੀ ਕਮਾਈ ਮਾੜੀ ਏ
सतगुरु जी कहन लगे, वेख तू जिन्ना नू मारना है, जिन्ना कोलों पैसा खो के लियाना है, वह रोंदे ने, दुखी हुंदे ने। दस पड़ा उस पदार्थ नाल कीते पुन किवें उग सकदे ने। साबत दाणा बीजिया तां उग पैंदा, पर जिहड़ा दाणा दलिया गया वह कदे नहीं उगदा। भूमिया सोची पै गया, उसदे कीते हुए सारे पाप उसदियां अखां सामने आ गए। उसने जख्मी कीते, लुट्टे, खोए ते मारे लोग तड़फदे हुए, रोंदे हुए ते बादा सीसां देंदे हुए सब अखां सामने आ गए। भूमिया फिर कंबिया। सतगुरु जी दे इलाही नैन उसनू वेख रहे सन, पर भूमिया वेख रहा सी भई लोग मैनू किवें बादा सीसां देंदे ने। फिर उस दे मन अगे कुछ होर ख्याल आया, सतगुरु दे चरणा वल तकिया ते आखन लगा, तुसी ठीक कहा, पर ना हुण तुसी एक कृपा करो, प्रशादा छक लाओ तां मेरा पड़ा होवेगा। चंगे चंगे उच्चे जीवन वाले लोग भी इत्थे अन्न छक के गए ने, ते उन्हां दियां असीसां दा पुन फल भी तां मैनू मिलेगा ना, तुसी भी प्रशादा छको ते मेहर करो। सतगुरु जी आखन लगे, भाई धर्म की किरत करेगा ना तां तेरा पला होवेगा, वरना चेते रख लहू नाल लिबड़िया होया पैसा जेड़ा गरीबां दे लहू नाल लिबड़िया होवे वो किसे दियां असीसां नाल धर्म दा धन नहीं बन सकता। जिन्हां नूं तूं दुखी कीता उन्हां दा दुख तां तैनू ही सहना पैणा, ते जिन्हां नूं तूं दुखी कीता है उन्हां दे बदले विच मिलण वाला दुख तेरे घरों रोटी खा जाण वालियां ने नहीं सहना। देख जे किसे दिन कोई तगड़ा राजा तैनू फड़ के लै जाए ते इंसाफ करे ते तैनू सूली चढ़ावे, फिर दस सूली तू चढ़ेगा कि तेरे घर रोटी खा गए साध फकीर। इस तरह यह गल विचार लै भी जिथे धर्म के न्याय की गल होगी ना उथे तैनू मारिया जाएगा, किसी होर नू नहीं। अपने अंदर झाती मार, पाप कर करके तेरा मन कठोर हो गया, इसे लई ना उस कठोर मन विच दया नहीं उपजदी, परमेश्वर का भाव नहीं पैंदा। हां तेरी नीयत विच जड़ा नेकी दा कुछ थोड़ा थोड़ा ख्याल आया है, शुक्र है कि वह मरिया नहीं, जिस करके तू अज सच बोलिया। तेरे ते मेहर हो सकती है, पर तां जे तू अगे तो यह किता छड़ देवें ते धर्म की किरत करें, धर्म की किरत विचों भले पासे लावें तां तेरा दिता थाए पवेगा। भूमिया सोचन लग पिया, सिर घूमन लग पिया उसका, फिर मथे ते हाथ फेर के कहन लगा, तुसी मैनू की कर दिता, की आखां, अज झूठ बोलन की मेरे विच हिम्मत नहीं रही, जिहड़ा भी तुहाडे सामने आउंदा है वह झूठ नहीं बोल सकता, इसलिए मेरी मजबूरी है कि मैं भी तुहाडे सामने सच बोल रहा, मेरे ते मेहर करो, मेरे कर्म बख्श दियो। पर हे बख्शनहार सतगुरु, जो मर्जी होवे, सच ते ए आ बई ए चोरियां ते डाके मेरे कोलो छुटने नहीं, मेरे ते लहू विच ए सारा कुछ भरिया पिया, मेरा सुभा ए बनिया होया, मेरा प्यो मेरा दादा यहा काम करदा सी ते यही करदा रहा, ए झूठी गल, मेरे कोलो नहीं जे छुटना ए काम। पर ना सतगुरु तुसी बहुत प्यारे लगते हो, तुसी ना जान तो पहला जरूर प्रशादा छक के जाए। चलो इस तरह करदे हां, मेरी अपनी जमीन है, उस जमीन चों भी आखिर मैनू अन्न दाणा आउंदा ना, उस दाणे दी रोटी पकवा देने हां, पर तुसी कृपा करके ना प्रशादा छक के जायो। गुरु जी ने
ਹੁਣ ਮਰਦਾਨੇ ਵੱਲ ਤੱਕਿਆ। ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਆਸਾ ਦੀ ਵਾਰ ਦੀ ਇਹ ਪੌੜੀ ਗਾਇਨ ਹੋਈ, ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਭੂਮੀਆਂ ਨੇ ਵੀ ਇਹ ਸ਼ਬਦ ਸੁਣਿਆ, ਉਸਦੇ ਮਨ ਤੇ ਇਹ ਖਿਆਲ ਟਿਕ ਗਿਆ ਬਈ ਸੱਚ ਨਾ ਕੋਈ ਬੜੀ ਅਮੋਲਕ ਚੀਜ਼ ਹੈ, ਕਿਉਂਕਿ ਅੱਜ ਉਸਨੂੰ ਆਪ ਸੱਚ ਬੋਲਣਾ ਪਿਆ ਸੀ ਤੇ ਵੇਖ ਰਿਹਾ ਸੀ ਕਿ ਭਾਵੇਂ ਇਹ ਰੱਬ ਦਾ ਪਿਆਰਾ ਸੰਤ ਮੇਰੇ ਸ਼ੁਭ ਗੁਣਾਂ ਤੇ ਖੁਸ਼ ਨਹੀਂ, ਪਰ ਉਸ ਸੱਚ ਦੀ ਕਦਰ ਉਸਨੂੰ ਹੈ। ਫਿਰ ਕਹਿਣ ਲੱਗਾ, ਤੁਸੀਂ ਸੱਚ ਦੇ ਪਿਆਰੇ ਹੋ, ਮੈਂ ਤੇ ਸੋਚਿਆ ਸੀ ਬਈ ਤੁਸੀਂ ਮੇਰੇ ਸੱਚ ਬੋਲਣ ਨਾਲ ਨਾਰਾਜ਼ ਹੋਵੋਗੇ, ਪਰ ਤੁਸੀਂ ਮੇਰੇ ਪੁੰਨਾਂ ਤੇ ਨਹੀਂ ਬਲਕਿ ਇੱਕ ਨਿੱਕੇ ਜਿਹੇ ਸੱਚ ਤੇ ਰੀਝਿਓ। ਮੈਂ ਕੀ ਕਰਾਂ, ਮੈਂ ਸੋਚਿਆ ਮੈਥੋਂ ਇਹ ਕੰਮ ਛੁੱਟਣਾ ਨਹੀਂ ਤੇ ਸੱਚ ਦੇ ਪਿਆਰਿਆਂ ਨੂੰ ਮੈਂ ਝੂਠਾ ਬਚਨ ਕਹਿ ਦਿਆਂ। ਹਾਂ, ਤੁਹਾਡੇ ਦਰ ਤੇ ਨਾ ਝੂਠ ਦੀ ਕੋਈ ਥਾਂ ਨਹੀਂ। ਗੁਰੂ ਪੂਰਾ ਵੈਦ ਸੀ, ਉਹ ਜਾਣਦਾ ਸੀ ਕਿ ਇਸ ਨੇ ਇਹ ਵੀ ਸੱਚ ਕਿਹਾ। ਕਿੰਨੀਆਂ ਪੀੜ੍ਹੀਆਂ ਤੋਂ ਕਿੰਨੀ ਉਮਰ ਤੋਂ ਬਣਿਆ ਹੋਇਆ ਇਹ ਸੁਭਾਅ ਸਿਰਫ ਐਵੇਂ ਕਹਿਣ ਮਾਤਰ ਨਾਲ ਛੁੱਟ ਨਹੀਂ ਸਕਦਾ। ਇਹ ਪਾਪ ਵਿੱਚ ਪੱਥਰ ਬਣ ਗਿਆ ਦਿਲ ਸਹਿਜੇ ਸਹਿਜੇ ਨਰਮ ਹੋਵੇਗਾ। ਇਸ ਨੂੰ ਉਸ ਰਾਹ ਪਾ ਦਿੰਦੇ ਹਾਂ ਬਈ ਆਪੇ ਇਸ ਤੋਂ ਹੌਲੀ ਜਿਹੀ ਇਹ ਵਾਲਾ ਮਾੜਾ ਕੰਮ ਜਿਹੜਾ ਇਹ ਕਰ ਰਿਹਾ ਨਾ ਉਹ ਛੁੱਟ ਜਾਏ। ਸ੍ਰੀ ਗੁਰੂ ਜੀ ਕਹਿਣ ਲੱਗੇ, ਭੂਮੀਆਂ ਸੁਣ, ਰੱਬ ਹੈ ਤੇ ਉਸਨੇ ਸਦਾ ਰਹਿਣਾ, ਹੋਰ ਸਾਰਿਆਂ ਨੇ ਮਰਨਾ, ਪਰ ਮਰ ਕੇ ਮਿਟ ਥੋੜਾ ਜਾਈਦਾ, ਫਿਰ ਵੀ ਰਹਿਣਾ। ਜੀਵਨ ਨੇ ਰਹਿਣਾ ਪਰ ਕਿਸੇ ਹੋਰ ਰੰਗ ਵਿੱਚ। ਰੱਬ ਸੱਚ ਹੈ, ਸੱਚ ਨਾਲ ਮਿਲਦਾ, ਸੱਚ ਨਾਲ ਮਿਲਣ ਵਾਲਾ ਹੀ, ਤੇ ਸੱਚ ਨਾਲ ਮਿਲਿਆ ਝੂਠੇ ਕਰਮਾਂ ਨੇ ਨਾਸ ਹੋ ਜਾਣਾ। ਤੂੰ ਸਮਝ ਲੈ ਕਿ ਸੱਚ ਹੈ ਸੱਚ ਬੋਲਣਾ, ਤੇ ਸੱਚ ਹੈ ਸੱਚ ਨੂੰ ਅੰਦਰ ਧਾਰਨਾ ਮਨ ਵਿੱਚ, ਤੇ ਸੱਚ ਨਾਲ ਇੰਨਾ ਪਿਆਰ ਕਰਨਾ ਬਈ ਭਾਵੇਂ ਸੱਚ ਸੁਣ ਕੇ ਕੌੜਾ ਲੱਗੇ ਪਰ ਉਸਨੂੰ ਪਿਆਰ ਕਰੇ, ਇਸ ਕਰਕੇ ਬਈ ਇਹ ਸੱਚ ਹੈ। ਜੇ ਇਸ ਤਰ੍ਹਾਂ ਕਰੇ ਤਾਂ ਫਿਰ ਸੱਚੀ ਸਿੱਖਿਆ ਸੁਣ ਲੈਣ ਦਾ ਤੇ ਉਸਨੂੰ ਧਾਰਨ ਕਰਨ ਦੀ ਜਾਚ ਆ ਜਾਂਦੀ। ਸੱਚੀ ਸਿੱਖਿਆ ਧਾਰਨ ਕਰਨ ਨਾਲ ਮੁਕਤੀ ਦਾ ਦਰਵਾਜ਼ਾ ਆਪੇ ਖੁੱਲ ਜਾਂਦਾ ਹੈ, ਤੇ ਸੱਚੀ ਸਿੱਖਿਆ ਹੈ ਉਸਦਾ ਨਾਮ। ਪਰਮੇਸ਼ਰ ਜਿਵੇਂ ਆਪ ਸੱਚ ਹੈ ਉਵੇਂ ਉਸਦਾ ਨਾਮ ਵੀ ਸੱਚ ਹੈ। ਉਸ ਸੱਚੇ ਨਾਮ ਦੀ ਆਰਾਧਨਾ ਕਰੇ, ਸੱਚੇ ਨਾਮ ਨੂੰ ਧਿਆਵੇ, ਇਸ ਤਰ੍ਹਾਂ ਇਸ ਦੇਹੀ ਨੂੰ ਧਰਤੀ ਜਾਣੇ, ਜਿਵੇਂ ਧਰਤੀ ਵਾਹੀ ਤੇ ਸੁਹਾਗੇ ਨਾਲ ਭੰਨੀ ਦੀ ਏ ਸਾਧੀ ਦੀ ਏ, ਇਸੇ ਤਰ੍ਹਾਂ ਇਹ ਕਾਇਆ ਭਲੇ ਕਰਮਾਂ ਤੇ ਸੱਚ ਬੋਲਣ ਤੇ ਸੱਚ ਧਾਰਨ ਨਾਲ ਸਾਧੀ ਜਾਂਦੀ। ਫਿਰ ਇਹ ਸਾਧੀ ਹੋਈ ਧਰਤੀ ਵਿੱਚ ਉਸ ਸੱਚੇ ਦੇ ਸੱਚੇ ਨਾਮ ਨੂੰ ਬੀਜੀਦਾ, ਉਹ ਬੀਜ ਫਿਰ ਉੱਗਦਾ ਅੰਦਰ ਆਪਣੇ, ਤੇ ਫਿਰ ਅੰਦਰਲਾ ਤੀਰਥ ਰੂਪ ਹੋ ਜਾਂਦਾ ਤੇ ਇਸ ਜੀਵ ਦਾ ਉਸ ਤੀਰਥ ਤੇ ਨਿਵਾਸ ਹੋ ਜਾਂਦਾ। ਇਹ ਸੱਚ ਅੰਦਰ ਵਸਦੇ ਸਾਰੇ ਪਾਪਾਂ ਨੂੰ ਧੋ ਕੇ ਕੱਢ ਦਿੰਦਾ। ਪਰ ਭੂਮੀਆਂ, ਸ਼ਰਤ ਆ ਬਈ ਸੱਚ ਨੂੰ ਘੁੱਟ ਕੇ ਖਿੱਚ ਕੇ ਪੱਲੇ ਬੰਨ ਲਵੇ, ਫਿਰ ਸੱਚ ਪਾਰ ਉਤਾਰਾ ਕਰ ਦੇਵੇਗਾ, ਤੇਰੇ ਤੇ ਵੀ ਮਿਹਰ ਹੋ ਜਾਏਗੀ। ਪਰ ਜੇ ਤੂੰ ਸੱਚ ਨੂੰ ਪੱਲੇ ਬੰਨੇਗਾ ਤਾਂ। ਭੂਮੀਆਂ ਕਹਿਣ ਲੱਗਾ, ਸੱਚ? ਅੱਛਾ, ਹੁਣ ਮੈਂ ਸੱਚ ਧਾਰਨ ਕਰ ਲਵਾਂ, ਸਦਾ ਸੱਚ ਬੋਲਾਂ, ਸੱਚ ਨੂੰ ਪਿਆਰ ਕਰਾਂ। ਦੂਜੀ ਗੱਲ, ਜੇ ਮੈਨੂੰ ਕੋਈ ਸੱਚੀ ਗੱਲ ਆਖੇ ਭਾਵੇਂ ਕੌੜੀ ਹੋਵੇ ਤੇ ਮੈਂ ਖੁਸ਼ ਹੋਵਾਂ ਬਈ ਸੱਚੀ ਗੱਲ ਹੈ। ਇਸੇ ਤਰ੍ਹਾਂ ਹੀ ਆਖਿਆ ਜੇ ਨਾ, ਅੰਦਰੋਂ ਸੱਚਾ ਹੋਵਾਂ, ਲੋਕੀ ਭਾਵੇਂ ਕੁਝ ਵੀ ਸਮਝਣ ਪਰ ਮੈਂ ਅੰਦਰੋਂ ਸੱਚਾ ਹੋਵਾਂ, ਠੀਕ ਹੈ? ਫਿਰ ਜਿਹੜਾ ਸੱਚਾ ਰੱਬ ਹੈ ਨਾ, ਉਹ ਤੇ ਮੇਰੇ ਵਸ ਨਾ ਹੋਇਆ,
पर है ते उह सच ना। भाई मरदाना आखन लगे, भाई जो सदा सच होवे उह सच है, जो है सी सदा तो उह सच है, जो हुण है ते होवेगा उह सदा सच होया ना। भूमिया कहन लगा हां जी ठीक है, उह रब सच्चा है सदा जो होया, ते जेड़ा सदा होवे उह सच्चा है, झूठ ते सदा नहीं हुंदा। उस सच नूं बना के बोली दे, जिन्ना चिर अगले नूं उस दे सच्चे होण दा भरोसा रहिंदा उन्ना चिर उस सच दी उमर होई, ते जदों पता लग गया बई इहदे झूठ है उदों ते सच मर गया, पर उह सच ते सी नहीं उह ते कूड़ सी सो मर गया, कूड़ मरदा है। ठीक है जी, सच उह जिहड़ा सदा रवे, इस तरह रब जिहड़ा सदा जिउंदा है उह सच है। वाह, रब सूरज है उसका नाम तुप है, ठीक है। हुण शरीर रूप धरती नूं साधना, अच्छा दया नाल पुन नाल दान नाल, पर पुन दान ते मैं करना, पर दया दी मैनू कोई समझ नहीं। अच्छा हुण दया सिख लवांगा, दया होवे ते पुन दान ठीक है, नहीं ते फिर एवें किते हुए पुन ते फोके हुए ना। पर मैं ये ना समझिया भई आत्म तीर्थ की है ते उत्थे वसना की हुंदा, पर चंगा मैं दया सिखांगा, पुन दान करांगा, जो करदा हां सच्चे नाम नूं त्यावांगा ते सच्चे रब नूं मन्नांगा। हां अगे मैनूं पता ते आया भई रब हैगा, पर कदे चेते नहीं आया। अच्छा हुण कोई ना मोटी जिही गल दस दिओ। गुरु जी कहण लगे भाई पहली गल तां इह आ भई सच धारण कर, सच बोल, सच सुन, सच्ची सिख्या सुन जो तैनूं दे रहा, अंदरों सच्चा रहो, सदा नाम जप। दूजी गल इह आ भई दया करिया कर गरीबां ते। तीजी गल इह भई तूं इस तरह समझ लै भई लूण खा के किसे दा बुरा ना करी, जे तूं इह तीन काम कर लेंगा ना तां तेरे कर्म शुद्ध हो जाणगे ते मेहर हो जाएगी ते तूं बख्शिया जाएगा। भूमिया कहण लगा अच्छा जी तुसी तिन्ने काम मैनू दसे ने ना, मैं जरूर करांगा। हां मैं यतन करांगा भई मेरे कर्म चंगे हो जाण, पर मैं वायदा नहीं कर सकदा क्योंकि जन्म तो लैके अज तक मैं यह काम ही करदा रहा, पर चलो मैं तुहाडा वचन ਇਹ ਕਿ ਮੈਂ ਸੱਚ ਬੋਲਾਂ, ਜ਼ਰੂਰ ਸੱਚ ਬੋਲਾਂਗਾ। ਹੋਰ ਜੋ ਗੱਲਾਂ ਤੁਸੀਂ ਆਖੀਆਂ ਨੇ ਮੈਂ ਹੌਲੀ ਹੌਲੀ ਸਿੱਖ ਲਵਾਂਗਾ, ਪਰ ਦੋ ਗੱਲਾਂ ਤੇ ਮੈਂ ਹੁਣੇ ਧਾਰਦਾ, ਇੱਕ ਬੋਲਣ ਵਾਲਾ ਸੱਚ ਤੇ ਦੂਜਾ ਸੱਚੇ ਦਾ ਨਾਮ ਜਪੀ ਜਾਣ ਵਾਲਾ ਸੱਚ। ਹਾਂ ਦੂਜੀ ਗੱਲ ਬਈ ਲੂਣ ਖਾ ਕੇ ਬੁਰਾ ਨਹੀਂ ਕਰਨਾ, ਤੇ ਤੀਜੀ ਗੱਲ ਗਰੀਬ ਮਾਰ ਨਹੀਂ ਕਰਨੀ। ਸਤਿਗੁਰੂ ਜੀ ਤੁਸੀਂ ਮੈਨੂੰ ਇਸੇ ਤਰ੍ਹਾਂ ਹੀ ਸਮਝਾਇਆ ਨਾ। ਜਿਵੇਂ ਜ਼ੋਰ ਦੀ ਹਵਾ ਵਗੇ ਤਾਂ ਭੈੜੀਆਂ ਬਦਬੋਆਂ ਦੂਰ ਹੋ ਜਾਂਦੀਆਂ ਨੇ, ਮੀਂਹ ਪਵੇ ਤਾਂ ਛੱਪੜ ਵਗੈਰਾ ਤਾਜ਼ੇ ਹੋ ਜਾਂਦੇ ਨੇ, ਚਾਨਣ ਦਾ ਧੱਕਾ ਵੱਜੇ ਤਾਂ ਹਨੇਰਾ ਭੱਜ ਜਾਂਦਾ ਹੈ। ਬਸ ਭੂਮੀਏ ਦੇ ਪਾਪਾਂ ਨੂੰ ਇਸੇ ਤਰ੍ਹਾਂ ਧੱਕਾ ਦੇ ਕੇ ਮਹਾਰਾਜ ਗੁਰੂ ਨਾਨਕ ਦੇਵ ਉਪਕਾਰੀ ਸਤਿਗੁਰੂ ਜੀ ਅੱਗੇ ਤੁਰ ਪਏ। ਹੁਣ ਭੂਮੀਆ ਆਪਣੇ ਕਿਤੇ ਨੂੰ ਛੱਡਦਾ, ਦੋ ਚਾਰ ਦਿਨ ਟਿਕ ਕੇ ਬਹਿੰਦਾ, ਪਰ ਫੇਰ ਝੱਸ ਆ ਪੈਂਦਾ। ਸੱਚੇ ਵਾਹਿਗੁਰੂ ਦਾ ਨਾਮ ਵੀ ਜਪਦਾ, ਪਰ ਅਜੇ ਤੇ ਨਾਮ ਨਵਾਂ ਨਵਾਂ ਫੁੱਟਿਆ ਅੰਗੂਰ ਹੈ ਤੇ ਬਣੇ ਹੋਏ ਸੁਭਾਅ ਰੁੱਖ ਵਰਗੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਪਤਾਲ ਲੱਗੀਆਂ ਹੋਈਆਂ ਨੇ। ਪਰ ਹੁਣ ਇੱਕ ਫਰਕ ਪੈ ਰਿਹਾ ਹੈ, ਅੱਗੇ ਜਦੋਂ ਚੋਰੀ ਕਰਦਾ ਸੀ ਨਾ ਤਾਂ ਬੜਾ ਖੁਸ਼ ਹੁੰਦਾ ਸੀ, ਬੜਾ ਮਾਣ ਕਰਦਾ ਸੀ ਆਪਣੀ ਕਾਮਯਾਬੀ ਉੱਤੇ। ਹੁਣ ਕਰਦਾ ਤੇ ਹੈ ਪਰ ਕਹਿੰਦਾ ਲੈ ਕੀ ਕੀਤਾ, ਕਿਸੇ ਦਾ ਪੈਸਾ ਲੁੱਟ ਕੇ ਉਸਨੂੰ ਦੁਖੀ ਕੀਤਾ ਹੋਣਾ। ਤਾਂਹੀਓ ਗੁਰੂ ਜੀ ਆਖਦੇ ਸਨ ਇਹ ਕਿੱਤਾ ਛੱਡ ਦੇ। ਇਸ ਤਰ੍ਹਾਂ ਦੇ ਜੱਕੋ ਤੱਕੇ ਵਿੱਚ ਸੋਚਣ ਲੱਗਾ, ਓਹੋ ਮੈਂ ਤੇ ਬਚਨ ਕੀਤਾ ਸੀ ਗੁਰੂ ਜੀ ਨਾਲ ਬਈ ਦਇਆ ਕਰਾਂਗਾ, ਤੇ ਜੋ ਕੁਝ ਮੈਂ ਕਰਦਾ ਇਹ ਦਇਆ ਤੇ ਨਹੀਂ।
ਜਦੋਂ ਇਹ ਸੋਚ ਲੱਗੀ ਵੱਢ ਵੱਢ ਕੇ ਖਾਣ ਤਾਂ ਕਹਿਣ ਲੱਗਾ, ਮਣਾ ਛੱਡ ਹੁਣ ਗਰੀਬਾਂ ਦੇ ਘਰ ਭੰਨਣੇ ਤੇ ਰਾਹ ਖੇੜੇ ਜਾਂਦੇ ਲੋਕਾਂ ਨੂੰ ਲੁੱਟਣਾ। ਇਸ ਕੰਮ ਵਿੱਚ ਦਇਆ ਨਹੀਂ ਤੇ ਕਈ ਵਾਰ ਗਰੀਬ ਮਾਰ ਵੀ ਹੋ ਜਾਂਦੀ ਹੈ, ਪਰ ਇਹ ਸਦਾ ਵਾਲਾ ਜਿਹੜਾ ਲੰਗਰ ਮੈਂ ਲਾਇਆ ਇਹ ਕਿਵੇਂ ਚੱਲੇਗਾ? ਨੌਕਰਾਂ ਵਾਸਤੇ ਪੈਸੇ ਕਿੱਥੋਂ ਆਉਣਗੇ? ਆਹ ਜਿਹੜਾ ਸ਼ਾਹ ਖਰਚੀ ਵਾਲੀ ਗੱਲ ਹੈ ਇਹ ਕਿਵੇਂ ਚੱਲੇਗਾ? ਅੱਛਾ ਹਾਂ, ਚਲੋ ਫਿਰ ਇਸ ਤਰ੍ਹਾਂ ਕਰਦੇ ਹਾਂ ਵੀ ਰਾਜੇ ਦਾ ਘਰ ਭੰਨੀਏ, ਇਸ ਗੱਲ ਵਿੱਚ ਕੋਈ ਗਰੀਬ ਮਾਰ ਨਹੀਂ। ਰਾਜਾ ਸਭ ਤੋਂ ਵੱਡਾ ਅਮੀਰ ਹੈ ਤੇ ਉਹਦਾ ਘਰ ਲੁੱਟਣ ਵਿੱਚ ਕਿਹੜਾ ਕੋਈ ਮਾੜੀ ਗੱਲ ਹੈ? ਨਾਲੇ ਰਾਜੇ ਕੋਲ ਕਿਹੜਾ ਆਪਣਾ ਤੇ ਉਸਨੇ ਕਿਹੜਾ ਕਿਤੇ ਕੰਗਾਲ ਹੋ ਜਾਣਾ? ਲੈ ਆਹ ਗੱਲ ਸਭ ਤੋਂ ਠੀਕ ਹੈ। ਚੱਲ ਫਿਰ ਮੇਰੇ ਮਨਾ, ਚੱਲ ਹੁਣ ਰਾਜੇ ਦਾ ਘਰ ਭੰਨੀਏ। ਇੱਕੋ ਵਾਰ ਚੰਗੀ ਮਾਇਆ ਆ ਜਾਏਗੀ ਤੇ ਢੇਰ ਸਮਾਂ ਲੰਘ ਜਾਏਗਾ। ਇਹ ਸੋਚ ਕੇ ਉਸਨੇ ਅਗਲੀ ਰਾਤ ਅਮੀਰਾਂ ਵਾਲੇ ਕੱਪੜੇ ਪਾਏ, ਮੱਥੇ ਉੱਤੇ ਕਲਗੀ ਵੀ ਲਾ ਲਈ ਤੇ ਸੋਹਣਾ ਸ਼ਹਿਜ਼ਾਦਾ ਬਣ ਕੇ ਚਾਰ ਘੜੀ ਰਾਤ ਗਈ ਰਾਜ ਦੁਆਰ ਚਲਾ ਗਿਆ ਤੇ ਨਿਚਾਕ ਹੋ ਕੇ ਆਪਣੇ ਮੂੰਹ ਧਿਆਨ ਅੰਦਰ ਜਾਣ ਲੱਗਾ ਤਾਂ ਦਰਬਾਰ ਨੇ ਕਿਹਾ, ਮਹਾਰਾਜ ਤੁਸੀਂ ਕੌਣ ਹੋ ਤੇ ਕਿੱਥੇ ਚੱਲੇ ਹੋ? ਭੂਮੀਏ ਨੇ ਮਨ ਵਿੱਚ ਸੋਚਿਆ, ਝੂਠ ਆਖਾਂ ਕਿ ਸੱਚ? ਮਨ ਨੇ ਆਖਿਆ, ਬਈ ਪ੍ਰਣਜੂ ਕੀਤਾ ਹੁਣ ਤੇ ਫਿਰ ਸੱਚ ਕਹਿਣਾ ਚਾਹੀਦਾ। ਉਸਨੇ ਬੜੀ ਦ੍ਰਿੜਤਾ ਨਾਲ ਆਖਿਆ, ਹਾਂ ਮੈਂ ਚੋਰ ਹਾਂ। ਦਰਬਾਨ ਸੁਣ ਕੇ ਘਾਬਰ ਗਿਆ ਤੇ ਫੇਰ ਠਠੰਬਰ ਗਿਆ, ਬਈ ਇਹ ਰਾਜੇ ਦਾ ਕੋਈ ਸੰਬੰਧੀ ਰਾਜਕੁਮਾਰ ਹੋਣਾ ਜਿਹੜਾ ਇਸ ਤਰ੍ਹਾਂ ਬੇਪਰਵਾਹ ਹੋ ਕੇ ਅੰਦਰ ਲੰਘ ਚੱਲਿਆ ਸੀ। ਮੈਂ ਰੋਕਿਆ ਤਾਂ ਗੁੱਸੇ ਹੋ ਗਿਆ ਤੇ ਗੁੱਸੇ ਨਾਲ ਆਪਣੇ ਆਪ ਨੂੰ ਚੋਰ ਕਹਿੰਦਾ। ਇਸ ਤਰ੍ਹਾਂ ਨਾ ਹੋਵੇ ਬਈ ਰਾਜੇ ਨੂੰ ਜਾ ਆਖੇ ਬਈ ਦਰਬਾਨ ਨੇ ਮੇਰੀ ਹੱਤਾ ਕੀਤੀ ਹੈ ਤੇ ਮੈਨੂੰ ਸਜ਼ਾ ਮਿਲੇ। ਮੈਂ ਤੇ ਨਵਾਂ ਨਵਾਂ ਇਸ ਨੌਕਰੀ ਤੇ ਆਇਆ, ਇਸ ਲਈ ਹੱਥ ਜੋੜ ਕੇ ਕਹਿਣ ਲੱਗਾ, ਜਾਓ ਮਹਾਰਾਜ ਖਿਮਾ ਕਰ ਦਿਓ। ਭੂਮੀਆ ਅੰਦਰ ਚਲਾ ਗਿਆ। ਰਾਜਮਹਿਲ ਦਾ ਜਾਣੂ ਸੀ, ਜ਼ਿਮੀਦਾਰ ਵੱਡਾ ਜ਼ਿਮੀਦਾਰ ਹੋਣ ਕਰਕੇ ਕਈ ਵਾਰ ਆਇਆ ਗਿਆ ਸੀ ਤੇ ਸਾਰਿਆਂ ਦੇ ਮੂੰਹ ਮੱਥੇ ਲੱਗਦਾ ਸੀ। ਸਾਰੀਆਂ ਗੁਪਤ ਥਾਵਾਂ ਦੀ ਸੂਹ ਵੀ ਕੱਢ ਚੁੱਕਾ ਸੀ। ਜਾ ਰਾਜੇ ਦਾ ਨਿੱਜੀ ਥਾਂ ਲੱਭਿਆ, ਰਾਜੇ ਰਾਣੀ ਦੇ ਗਹਿਣੇ ਲੈ ਦੇ ਕੇ ਸੋਹਣੀ ਤਰ੍ਹਾਂ ਸੰਭਾਲ ਕੇ ਟੁਰਨ ਲੱਗਾ ਤਾਂ ਇੱਕ ਸੋਨੇ ਦੀ ਰਕੇਬੀ ਹੋਰ ਦਿਸੀ। ਉਸ ਨੂੰ ਚੁੱਕਿਆ ਤਾਂ ਉਹਦੇ ਵਿੱਚ ਕੁਝ ਸੀ, ਟੋਕੇ ਵੇਖਣ ਲੱਗਾ ਵੀ ਕੀ ਹੈ ਤਾਂ ਹੱਥਾਂ ਨੂੰ ਲੱਗ ਗਿਆ। ਹੈਰਾਨ ਹੋ ਕੇ ਚੱਖਿਆ ਤਾਂ ਉਹ ਤੇ ਹਾਜ਼ਮੇ ਦਾ ਚੂਰਨ ਸੀ। ਵੇਖੋ ਉਸ ਵਿੱਚ ਲੂਣ ਸੀ, ਉਹ ਭੂਮੀਏ ਦੇ ਮੂੰਹ ਨੂੰ ਲੱਗਿਆ। ਭੂਮੀਆ ਸੋਚੀ ਪੈ ਗਿਆ, ਓਹੋ ਮੈਂ ਤੇ ਰਾਜੇ ਦਾ ਲੂਣ ਖਾ ਲਿਆ। ਗੁਰੂ ਨਾਲ ਵਚਨ ਕੀਤਾ ਸੀ ਬਈ ਮੈਂ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਾਂਗਾ, ਹੁਣ ਚੋਰੀ ਕਿਵੇਂ ਕਰਾਂ? ਪਰ ਗੁਰੂ ਦੀ ਸਿੱਖਿਆ ਇਸ ਗੱਲ ਵਿੱਚ ਸੀ ਕਿ ਆਪਣੇ ਮਿੱਤਰਾਂ ਤੇ ਸੰਬੰਧੀਆਂ ਦਾ ਬੁਰਾ ਨਹੀਂ ਕਰਨਾ ਕਿਉਂਕਿ ਉਹਨਾਂ ਨਾਲ ਖਾਣ ਪੀਣ ਸਾਂਝਾ ਹੁੰਦਾ। ਦੂਜਾ ਇਹ ਵੀ ਹੋਵੇਗਾ ਵੀ ਜਿਸ ਦੀ ਨੌਕਰੀ ਕਰੀਏ ਉਸਦਾ ਦਿੱਤਾ ਖਾਈਦਾ ਤੇ ਉਸਦਾ ਬੁਰਾ ਨਹੀਂ ਕਰਨਾ ਚਾਹੀਦਾ। ਤੇ ਤੀਸਰਾ ਮੰਗ ਖਾਣ ਵਾਸਤੇ ਵੀ ਸਿੱਖਿਆ ਹੋਵੇਗੀ ਵੀ ਜਿਸ ਦਾ ਦਿੱਤਾ ਅਸੀਂ ਖਾਂਦੇ ਹਾਂ ਉਸਦਾ ਬੁਰਾ ਨਾ ਕਰੀਏ। ਸੋ ਨਾ ਤੇ ਮੈਂ ਕਿਸੇ ਦਾ ਦਿੱਤਾ ਖਾਣਾ, ਨਾ ਮੈਂ ਕਿਸੇ ਦਾ ਚਾਕਰ ਹਾਂ ਤੇ ਸੰਬੰਧੀਆਂ ਦਾ ਬੁਰਾ ਤਾਂ ਮੈਂ ਪਹਿਲਾਂ ਹੀ ਨਹੀਂ ਕਰਦਾ। ਫਿਰ ਸਿੱਖਿਆ ਤੇ ਠੀਕ ਕਮਾਈ ਗਈ ਨਾ? ਪਰ ਫਿਰ ਹੋਰ ਸੋਚ ਆਈ, ਬਈ ਜੋ ਮਰਜ਼ੀ ਹੋਵੇ ਬਚਨ ਤੇ ਇਹ ਕੀਤਾ ਸੀ ਨਾ ਗੁਰੂ ਜੀ ਨੇ ਬਈ ਲੂਣ ਖਾ ਕੇ ਬੁਰਾ ਨਹੀਂ ਕਰਨਾ, ਹੁਣ ਲੂਣ ਤੇ ਖਾਧਾ ਗਿਆ, ਚੱਲ ਭਾਵੇਂ ਜਿਵੇਂ ਮਰਜ਼ੀ ਸਹੀ, ਮੈਨੂੰ ਤੇ ਬਚਨ ਪਾਲਣਾ ਚਾਹੀਦਾ ਨਾ। ਜੇ ਮੈਂ ਕੁਝ ਸਮਝਿਆ ਠੀਕ ਨਾ ਨਿਕਲੇ ਤਾਂ ਦਾਤਾ ਗੁਰੂ ਮਿਹਰ ਕਰਨਗੇ, ਹਾਂਜੀ ਨਾਲੇ ਮਿਹਰ ਨਾਲ ਮੇਰੇ ਪਾਪ ਬਖਸ਼ ਦੇਣਗੇ ਤੇ ਉਸ ਦੀ ਮਿਹਰ ਨਾਲ ਮੈਂ ਸੱਚੇ ਵਾਹਿਗੁਰੂ ਦੇ ਤੀਰਥ ਤੇ ਪਹੁੰਚਾਂਗਾ।
ਮਿਹਰ ਨਾਲ ਅੱਗੇ ਜਾ ਕੇ ਸੁਖੀ ਹੋਣਾ ਹੈ ਤੇ ਮਿਹਰ ਲੈਣ ਦੇ ਲਈ ਮੈਂ ਗੁਰੂ ਦਾ ਹੁਕਮ ਪਾਲਣਾ ਹੈ। ਲੂਣ ਖਾ ਕੇ ਬੁਰਾ ਨਹੀਂ ਕਰਨਾ, ਇਹ ਹੁਕਮ ਹੈ। ਮੈਂ ਗੁਰੂ ਨਾਲ ਵਾਇਦਾ ਕੀਤਾ ਸੀ, ਬਚਨ ਕੀਤਾ ਸੀ, ਇਸ ਲਈ ਕਮਾਵਾਂਗਾ, ਇਹ ਜ਼ਰੂਰ ਪਾਲਾਂਗਾ। ਅੱਛਾ, ਫਿਰ ਘਰ ਦਾ ਖਰਚ ਕਿਵੇਂ ਤੁਰੇਗਾ? ਮਨ ਨੇ ਆਖਿਆ, ਚੱਲ ਕਿਹੜਾ ਕਿਤੇ ਰਾਜੇ ਮੁੱਕ ਗਏ ਨੇ, ਕਿਸੇ ਹੋਰ ਰਾਜੇ ਦਾ ਘਰ ਭੰਨ ਲਾਂਗੇ। ਪਰ ਹੁਣ ਚੱਲੀਏ, ਇਹੋ ਜਿਹੀਆਂ ਗਿਣਤੀਆਂ ਗਿਣਦਾ ਸਾਰਾ ਕੁਝ ਬੱਧਾ ਰੁੱਧਾ ਉੱਥੇ ਹੀ ਛੱਡ ਕੇ ਭੂਮੀਆਂ ਤੁਰ ਗਿਆ ਤੇ ਕਿਸੇ ਰਸਤਿਓਂ ਬੜੀ ਚਾਤਰੀ ਨਾਲ ਮਲਕੜੇ ਜੈ ਨਿਕਲ ਗਿਆ। ਜਦੋਂ ਦਿਨ ਹੋਇਆ ਤਾਂ ਰਾਜੇ ਨੇ ਵੇਖਿਆ ਬਈ ਮੇਰੇ ਹੀਰੇ ਪੰਨੇ ਤੇ ਰਾਣੀ ਦੇ ਸਾਰੇ ਜਵਾਹਰਾਤ, ਸਾਰੇ ਗਹਿਣੇ ਇਕੱਠੇ ਕੀਤੇ ਬੰਨੇ ਪਏ ਨੇ। ਜਦੋਂ ਖੋਲ ਕੇ ਵੇਖੇ ਤਾਂ ਸਾਰੇ ਜਿਉਂ ਦੇ ਤਿਉਂ ਪਏ ਸਨ। ਪਰ ਮਨ ਵਿੱਚ ਇਹ ਖਿਆਲ ਆਇਆ ਬਈ ਇਹ ਗੱਲ ਤੇ ਪ੍ਰਤੱਖ ਹੈ ਬਈ ਕੋਈ ਚੋਰ ਆਇਆ ਸੀ, ਸਾਰਾ ਕੁਝ ਲੈ ਚੱਲਿਆ ਸੀ, ਪਰ ਫਿਰ ਕਿਸੇ ਗੱਲੋਂ ਛੱਡ ਕੇ ਤੁਰ ਗਿਆ। ਹੈਰਾਨੀ ਤੇ ਇਹ ਸੀ ਬਈ ਛੱਡ ਕਿਉਂ ਗਿਆ, ਪਰ ਨਾਲ ਹੀ ਉਸ ਨੂੰ ਗੁੱਸਾ ਵੀ ਆਇਆ ਬਈ ਮੇਰੇ ਮਹਿਲਾਂ ਤੱਕ ਚੋਰ ਅੱਪੜ ਕਿਵੇਂ ਗਿਆ। ਸੋ ਸਭ ਤੋਂ ਪਹਿਲਾਂ ਪਹਿਰੇਦਾਰਾਂ ਨੂੰ ਪੁੱਛਗਿੱਛ ਕੀਤੀ। ਉਹਨਾਂ ਤੋਂ ਪਤਾ ਲੱਗਾ ਬਈ ਰਾਜਕੁਮਾਰ ਦੇ ਭੇਸ ਵਿੱਚ ਇੱਕ ਆਦਮੀ ਅੰਦਰ ਗਿਆ ਸੀ ਤੇ ਉਸਨੇ ਗੁੱਸੇ ਨਾਲ ਕਿਹਾ ਵੀ ਸੀ ਵੀ ਮੈਂ ਚੋਰ ਹਾਂ, ਪਰ ਨਵੇਂ ਪਹਿਰੇਦਾਰ ਨੇ ਰਾਜਕੁਮਾਰ ਸਮਝ ਕੇ ਉਸ ਨੂੰ ਲੰਘ ਜਾਣ ਦਿੱਤਾ ਸੀ। ਹੁਣ ਇਹੋ ਜਿਹੇ ਤਗੜੇ ਚੋਰ ਨੂੰ ਫੜਨ ਦੀ ਚਾਹ ਰਾਜੇ ਦੇ ਮਨ ਵਿੱਚ ਹੋਰ ਵੀ ਥਾਂ ਕਰ ਗਈ ਬਈ ਜਿਹੜਾ ਤਲੀ ਤੇ ਦੀਵਾ ਰੱਖ ਕੇ ਚੋਰੀ ਕਰਨ ਦਾ ਹੀਆ ਕਰ ਸਕਦਾ ਇਹੋ ਜਿਹੇ ਬੰਦੇ ਨੂੰ ਤੇ ਜ਼ਰੂਰ ਫੜਨਾ ਚਾਹੀਦਾ। ਸੋ ਹੁਕਮ ਹੋ ਗਿਆ ਤੇ ਹੁਣ ਕੋਤਵਾਲ ਤੇ ਉਸਦੇ ਸੇਵਕ ਲੱਭਣ ਲੱਗ ਪਏ। ਇਹਨਾਂ ਲੋਕਾਂ ਨੂੰ ਤਰਸ ਦਇਆ ਨਾਲ ਕੀ ਸੰਬੰਧ ਹੈ? ਰਾਤ ਦਿਨ ਪਾਪੀਆਂ ਚੋਰਾਂ ਡਾਕੂਆਂ ਨਾਲ ਵਾਹ ਪੈ ਪੈ ਕੇ ਹਰ ਕਿਸੇ ਨੂੰ ਮਾੜਾ ਸਮਝਣ ਲੱਗ ਪੈਂਦੇ ਨੇ। ਸੋ ਸ਼ੱਕ ਸ਼ੁਭੇ ਵਿੱਚ ਹੀ ਕਈ ਦਿਨ ਲੰਘ ਗਏ, ਬਥੇਰੇ ਲੋਕ ਫੜੇ ਗਏ, ਜਦੋਂ ਕੋਈ ਪਤਾ ਨਾ ਲੱਗਾ ਤੇ ਫਿਰ ਮਾਰ ਕੁਟਾਈ ਸ਼ੁਰੂ ਹੋ ਗਈ। ਹੁਣ ਭੂਮੀਆਂ ਨੂੰ ਵੀ ਖਬਰ ਮਿਲ ਗਈ ਬਈ ਮੇਰੇ ਕੀਤੇ ਅਪਰਾਧ ਦੇ ਬਦਲੇ ਗਰੀਬ ਮਾਰ ਹੋ ਰਹੀ ਹੈ, ਬੇਗੁਨਾਹ ਫੜੇ ਜਾ ਰਹੇ ਨੇ, ਪੈਸੇ ਵਾਲੇ ਤੇ ਵੱਡੀ ਦੇ ਕੇ ਛੋਟ ਆਉਂਦੇ ਨੇ, ਪਰ ਗਰੀਬਾਂ ਦੀ ਖਲ ਉਧੇੜੀ ਜਾ ਰਹੀ ਹੈ। ਭੂਮੀਆਂ ਨੇ ਸੋਚਿਆ, ਮੈਨੂੰ ਗੁਰੂ ਜੀ ਦਾ ਹੁਕਮ ਸੀ ਗਰੀਬ ਮਾਰ ਨਹੀਂ ਕਰਨੀ, ਪਰ ਇਹ ਤੇ ਗਰੀਬ ਮਾਰ ਹੋ ਗਈ ਬਈ। ਭਾਵੇਂ ਮੈਂ ਨਹੀਂ ਕਰ ਰਿਹਾ, ਪਰ ਹੋ ਤੇ ਮੇਰੇ ਕਰਕੇ ਹੀ ਰਹੀ ਹੈ ਨਾ, ਕਰਾਂ ਮੈਂ ਤੇ ਭਰਨ ਗਰੀਬ। ਫਿਰ ਤਾਂ ਇਸ ਗਰੀਬ ਮਾਰ ਦਾ ਦੋਸ਼ ਮੇਰੇ ਸਿਰ ਹੈ। ਫਿਰ ਚੱਲ ਬਈ ਮਣਾ, ਹੁਣ ਮੌਤ ਜਾਂ ਜੇਲ ਜੋ ਮਿਲੇ ਸਹਿ ਲੈਣਾ ਚਾਹੀਦਾ, ਪਰ ਗਰੀਬਾਂ ਨੂੰ ਛੁਡਾ ਕੇ ਘੱਟੋ ਘੱਟ ਗੁਰੂ ਦੀ ਮਿਹਰ ਤੇ ਨਾ ਗਵਾਈਏ। ਅੰਤ ਨੂੰ ਪਿਛਲੇ ਕੀਤੇ ਕਰਮਾਂ ਦਾ ਹੀ ਭੋਗ ਭੋਗਣਾ ਨਾ, ਚੱਲੋ ਫਿਰ ਹੁਣੇ ਹੀ ਆਪਣੇ ਕੀਤੇ ਦਾ ਫਲ ਭੋਗ ਲੈਨੇ। ਇਹ ਵਿਚਾਰ ਕੇ ਭੂਮੀਆਂ ਬੰਨ ਠਣ ਕੇ ਰਾਜੇ ਦੇ ਦਰਬਾਰ ਚਲਾ ਗਿਆ ਤੇ ਅਚਾਨਕ ਮਿਲਣ ਦਾ ਮੌਕਾ ਵੇਖਦਾ ਰਿਹਾ। ਜਦੋਂ ਰਾਜਾ ਦਰਬਾਰੋਂ ਬਾਹਰ ਆਇਆ ਤਾਂ ਫੁਰਤੀ ਨਾਲ ਰਾਜੇ ਦੇ ਸਾਹਮਣੇ ਜਾ ਖਲੋਤਾ ਤੇ ਹੱਥ ਬੰਨ ਕੇ ਉਸਨੇ ਅਰਜ਼ ਕੀਤੀ, ਹੇ ਰਾਜਨ, ਤੁਹਾਡਾ ਚੋਰ ਮੈਂ ਹਾਂ, ਧਨ ਮਾਲ ਮੈਂ ਚੁਰਾਇਆ ਸੀ ਤੇ ਫਿਰ ਉੱਥੇ ਛੱਡ ਕੇ ਤੁਰ ਆਇਆ ਸਾਂ। ਇਹ ਜਿਹੜੇ ਤੁਹਾਡੇ ਕੋਤਵਾਲ ਤੇ ਕਰਮਚਾਰੀ ਗਰੀਬਾਂ ਨੂੰ ਮਾਰ ਰਹੇ ਨੇ ਇਹਨਾਂ ਨੂੰ ਛੁਡਾ ਦਿਓ, ਇਹ ਸਾਰੇ ਬੇਗੁਨਾਹ ਨੇ ਤੇ ਗੁਨਾਹਗਾਰ ਤੇ ਮੈਂ ਹਾਂ, ਮੈਨੂੰ ਤੁਸੀਂ ਜਿਹੜਾ ਦੰਡ ਦੇਣਾ ਉਹ ਦਿਓ।
ਰਾਜਾ ਤੇ ਰਾਜੇ ਦੇ ਕੋਲ ਖੜੇ ਅਹਿਲਕਾਰ ਹੱਕੇ ਬੱਕੇ ਰਹਿ ਗਏ ਬਈ ਇਹੋ ਜਿਹਾ ਚੋਰ ਤੇ ਕਦੇ ਨਹੀਂ ਵੇਖਿਆ। ਕਿਸ ਦਲੇਰੀ ਤੇ ਸਿਆਣਪ ਨਾਲ ਚੋਰੀ ਕਰਦਾ ਫਿਰ ਮਾਲ ਧਨ ਛੱਡ ਜਾਂਦਾ ਤੇ ਫਿਰ ਚੋਰ ਹੋ ਕੇ ਕਿੰਨਾ ਤਰਸਵਾਣ ਹੈ ਬਈ ਗਰੀਬਾਂ ਦਾ ਦੁੱਖ ਨਹੀਂ ਵੇਖ ਸਕਦਾ। ਇਹ ਧਰਮੀ ਹੈ ਕਿ ਕੁਧਰਮੀ? ਤਾਂ ਰਾਜੇ ਨੇ ਪੁੱਛਿਆ ਬਈ ਤੂੰ ਇੰਨਾ ਮਾਲ ਪਦਾਰਥ ਲੈ ਕੇ ਛੱਡ ਕਿਉਂ ਗਿਆ? ਕੋਈ ਜਾਗ ਪਿਆ ਸੀ ਜਾਂ ਕੋਈ ਭੁਲੇਖਾ ਲੱਗਾ? ਭੂਮੀਆ ਕਹਿਣ ਲੱਗਾ ਨਹੀਂ ਰਾਜਨ, ਸੱਚ ਤੇ ਇਹ ਆ ਬਈ ਮੈਨੂੰ ਕੋਈ ਨਹੀਂ ਸੀ ਫੜ ਸਕਦਾ ਤੇ ਮੈਨੂੰ ਡਰ ਵੀ ਕੋਈ ਨਹੀਂ ਸੀ, ਪਰ ਨਾ ਮੈਨੂੰ ਕੋਈ ਮਿਲਿਆ ਸੀ, ਮੇਰਾ ਗੁਰੂ, ਮੇਰਾ ਪਿਆਰਾ ਗੁਰੂ ਨਾਨਕ, ਜਿਹੜਾ ਆਕਾਸ਼ ਵਿੱਚੋਂ ਉਤਰਿਆ ਸੀ ਮੇਰੇ ਲਈ ਤੇ ਉਸ ਨੇ ਮੈਨੂੰ ਤਿੰਨ ਗੱਲਾਂ ਦੀ ਸੁਮਤ ਬਖਸ਼ੀ ਸੀ। ਉਹਨਾਂ ਵਿੱਚੋਂ ਇੱਕ ਇਹ ਸੀ ਬਈ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ। ਜਦੋਂ ਤੁਹਾਡਾ ਮਾਲ ਪਦਾਰਥ ਲੈ ਕੇ ਤੁਰਿਆ ਤਾਂ ਤੁਹਾਡਾ ਚੂਰਨ ਕਿਸੇ ਤਰ੍ਹਾਂ ਮੇਰੇ ਮੂੰਹ ਨਾਲ ਲੱਗ ਗਿਆ। ਸੋ ਹੇ ਰਾਜਾ, ਲੂਣ ਤੇ ਖਾਧਾ ਗਿਆ, ਹੁਣ ਮੈਂ ਇਹ ਬੁਰਾਈ ਕਿਵੇਂ ਕਰ ਸਕਦਾ ਸਾਂ? ਸੋ ਸਾਰਾ ਕੁਝ ਛੱਡ ਕੇ ਤੁਰ ਗਿਆ। ਰਾਜਾ ਇਹ ਗੱਲ ਸੁਣ ਕੇ ਹੋਰ ਹੈਰਾਨ ਹੋ ਗਿਆ ਬਈ ਇਹ ਚੋਰ ਏ, ਦੁਰਾਚਾਰੀਆਂ ਕਰਨ ਵਾਲਾ, ਪਰ ਕਿੰਨਾ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ ਪ੍ਰੇਮੀ ਏ, ਬਈ ਗੁਰੂ ਦੀ ਅੱਖਰ ਅੱਖਰ ਦੀ ਸਿੱਖਿਆ ਪੂਰੀ ਕਰਦਾ। ਇਹ ਕੀ ਹੋਇਆ, ਸ੍ਰੇਸ਼ਟ ਆਚਾਰੀ ਕੇ ਦੁਰ ਆਚਾਰੀ? ਪਰ ਫਿਰ ਰਾਜੇ ਨੂੰ ਨਾ ਮਨ ਵਿੱਚ ਖਿਆਲ ਆਇਆ ਬਈ ਜੋ ਮਰਜ਼ੀ ਸਹੀ, ਆਖਰ ਕਾਨੂੰਨ ਕਾਇਮ ਰੱਖਣ ਲਈ, ਡਰ ਕਾਇਮ ਰੱਖਣ ਲਈ ਮੈਨੂੰ ਕੁਝ ਤੇ ਕਰਨਾ ਚਾਹੀਦਾ ਹੈ। ਇਸ ਲਈ ਪੁੱਛਣ ਲੱਗਾ, ਓਏ ਨਿਡਰ ਬੰਦੇ, ਤੈਨੂੰ ਇਹ ਡਰ ਨਹੀਂ ਆਉਂਦਾ ਵੀ ਮੈਂ ਤੈਨੂੰ ਦੰਡ ਦੇ ਸਕਣਾ? ਕਿਵੇਂ ਬਿਨਾਂ ਮਾਰ ਕੁੱਟ ਤੋਂ ਆਪੇ ਤੂੰ ਮੇਰੇ ਕੋਲ ਆ ਕੇ ਸੱਚ ਦੱਸ ਰਿਹਾ? ਭੂਮੀਆਂ ਕਹਿਣ ਲੱਗਾ, ਉਹ ਇਸ ਕਰਕੇ ਕਿ ਮੈਂ ਆਪਣੇ ਗੁਰੂ ਨਾਲ ਇਹ ਨੇਮ ਕੀਤਾ ਸੀ ਵੀ ਝੂਠ ਨਹੀਂ ਬੋਲਾਂਗਾ, ਸੱਚ ਨਾਲ ਪਿਆਰ ਕਰਾਂਗਾ, ਸੱਚ ਨੂੰ ਹਿਰਦੇ ਵਿੱਚ ਧਾਰਨ ਕਰਾਂਗਾ, ਇਸੇ ਲਈ ਮੈਂ ਸੱਚ ਬੋਲ ਰਿਹਾ। ਰਾਜਾ ਹੋਰ ਸੋਚ ਵਿੱਚ ਪੈ ਕੇ ਕਹਿਣ ਲੱਗਾ, ਬਈ ਤੂੰ ਫੜਿਆ ਨਹੀਂ ਗਿਆ, ਆਪੇ ਕਿਉਂ ਆ ਗਿਆ? ਤੂੰ ਆਪ ਮਾਰ ਖਾਣ ਵਾਸਤੇ ਆਇਆ? ਭੂਮੀਆ ਕਹਿਣ ਲੱਗਾ, ਨਹੀਂ ਰਾਜਨ, ਮੈਂ ਬੇਨਤੀ ਕਰ ਚੁੱਕਾ ਹਾਂ ਬਈ ਮੇਰਾ ਗੁਰੂ ਨਾਲ ਵਚਨ ਹੈ ਬਈ ਮੈਂ ਗਰੀਬ ਮਾਰ ਨਹੀਂ ਕਰਾਂਗਾ, ਤੇ ਹੁਣ ਤੁਹਾਡੇ ਕਰਮਚਾਰੀ ਗਰੀਬਾਂ ਨੂੰ ਕੁੱਟ ਰਹੇ ਨੇ ਜਿਸ ਦਾ ਕਾਰਨ ਮੈਂ ਹਾਂ, ਇਸ ਕਰਕੇ ਮੈਂ ਆਇਆ ਬਈ ਕੀਤਾ ਤੇ ਮੈਂ ਤੇ ਗਰੀਬਾਂ ਨੂੰ ਭਰਨਾ ਪਵੇ, ਇਹ ਇਹ ਤੇ ਫਿਰ ਗਰੀਬ ਮਾਰ ਹੋਈ ਨਾ, ਇਸ ਤਰ੍ਹਾਂ ਕਿਉਂ ਹੋਵੇ? ਜੇ ਗੁਣਾ ਭੂਮੀਆਂ ਕਰੇ ਤੇ ਫਿਰ ਭਰੇ ਵੀ ਭੂਮੀਆਂ। ਰਾਜਾ ਬੜਾ ਹੈਰਾਨ ਹੋ ਕੇ ਕਹਿਣ ਲੱਗਾ, ਓਏ ਤੂੰ ਭੂਮੀ ਹੈ, ਤੂੰ ਤੇ ਬੜਾ ਦਾਨੀ ਹੈ ਬਈ, ਤੂੰ ਤੇ ਸਾਧੂਆਂ ਦੀ ਸੇਵਾ ਕਰਦਾ, ਤੂੰ ਚੋਰ ਕਿਵੇਂ ਹੋ ਸਕਦਾ? ਅਸੀਂ ਤੇ ਤੈਨੂੰ ਧਰਮੀ ਜਾਣਦੇ ਸਾਂ। ਭੂਮੀਆਂ ਕਹਿਣ ਲੱਗਾ, ਜੀ ਠੀਕ ਹੈ, ਮੈਂ ਵੀ ਆਪਣੇ ਆਪ ਨੂੰ ਧਰਮੀ ਹੀ ਸਮਝਦਾ ਸਾਂ, ਜਿਹੜਾ ਮੈਂ ਚੋਰੀ ਕਰਕੇ ਜਾਂ ਧਾੜਾ ਮਾਰ ਕੇ, ਡਾਕਾ ਮਾਰ ਕੇ ਪੈਸਾ ਲਿਆਉਂਦਾ ਸਾਂ ਨਾ, ਉਹ ਮੈਂ ਸੇਵਾ ਤੇ ਪਰ ਸਵਾਰਥ ਪਰ ਉਪਕਾਰ ਵਿੱਚ ਲਾ ਦਿੰਦਾ ਸਾਂ। ਮੈਂ ਸਮਝਦਾ ਸਾਂ ਬਈ ਮੈਂ ਬਹੁਤ ਵੱਡਾ ਪੁੰਨ ਕਰ ਰਿਹਾ, ਦਾਨ ਚੂ ਕਰਦਾ। ਪਰ ਇੱਕ ਦਿਨ ਆ ਗਿਆ ਬਈ ਅਸਲੀ ਸੰਤ, ਰੱਬ ਦੀ ਜੋਤ, ਮੇਰੇ ਪਿਆਰੇ ਵਾਹਿਗੁਰੂ ਦਾ ਰੂਪ, ਉਹ ਆ ਗਿਆ। ਉਸ ਨੇ ਆ ਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਉਹ ਆਖੇ, ਮੈਂ ਤੇਰੇ ਘਰ ਦਾ ਅੰਨ ਨਹੀਂ ਖਾਣਾ, ਤੇਰਾ ਅੰਨ ਤੇਰੀ ਰੋਟੀ ਪਾਪ ਦੀ ਕਮਾਈ ਦਾ, ਮੈਂ ਪੁੰਨੀ ਬਣ ਬਣ ਬਾਹਾਂ ਤੇ ਆਖਾਂ, ਨਹੀਂ ਜੀ ਮੈਂ ਤੇ ਬਹੁਤ ਵੱਡਾ ਪੁੰਨੀ ਆ। ਪਰ ਉਹ ਆਖਣ, ਨਹੀਂ ਤੇਰੀ ਕਮਾਈ ਪਾਪਾਂ ਵਾਲੀ ਹੈ,
ਜਿਸ ਵਿੱਚ ਲੋਕਾਂ ਦਾ ਦੁੱਖ ਕਸ਼ਟ ਤੇ ਪੀੜ ਭਰੀ ਹੋਈ ਹੈ। ਲੈ ਰਾਜਾ, ਫਿਰ ਮੈਂ ਮੰਨ ਗਿਆ ਤੇ ਮੈਂ ਕਿਹਾ ਜੀ ਮੇਰਾ ਸੁਭਾਅ ਹੋ ਚੁੱਕਾ, ਇਹਨਾਂ ਕੰਮਾਂ ਦਾ ਛੁੱਟਣ ਨਹੀਂ ਜੇ ਲੱਗਾ। ਤਾਂ ਉਸ ਦਾਤੇ ਨੇ ਮੇਰੇ ਕੋਲੋਂ ਤਿੰਨ ਗੱਲਾਂ ਦਾ ਪ੍ਰਣ ਲਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ। ਉਹਨਾਂ ਨੇ ਮੈਨੂੰ ਆਖਿਆ ਸੀ ਬਈ ਜੇ ਚਾਹੁੰਦਾ ਕਿ ਰੱਬੀ ਮਿਹਰ ਤੇਰੇ ਉੱਤੇ ਹੋਵੇ ਤਾਂ ਇਹਨਾਂ ਤਿੰਨ ਗੱਲਾਂ ਉੱਤੇ ਅਮਲ ਕਰ। ਜਦੋਂ ਉਹ ਤੁਰ ਗਏ ਤਾਂ ਮੈਂ ਇਹਨਾਂ ਤਿੰਨਾਂ ਹੀ ਹੁਕਮਾਂ ਉੱਤੇ ਅਮਲ ਕਰਨ ਲੱਗਾ। ਹੁਣ ਜਦੋਂ ਮੈਂ ਚੋਰੀ ਕਰਨ ਤੇ ਡਾਕਾ ਮਾਰਨ ਜਾਵਾਂ ਤਾਂ ਕਈ ਵਾਰ ਸਗੋਂ ਮੈਂ ਦੁਖੀ ਹੋ ਜਾਵਾਂ, ਜਿਨ੍ਹਾਂ ਨੂੰ ਮੈਂ ਲੁੱਟਦਾ ਸਾਂ ਨਾ ਉਹਨਾਂ ਦਾ ਦੁੱਖ ਵੇਖ ਕੇ। ਮੈਂ ਅੱਗੇ ਤੇ ਕਦੇ ਦੁਖੀ ਨਹੀਂ ਸੀ ਹੁੰਦਾ। ਜਿਵੇਂ ਸ਼ਿਕਾਰੀ ਮਰਦੇ ਪਸ਼ੂ ਪੰਛੀਆਂ ਨੂੰ ਤੜਫਦਿਆਂ ਹੋਇਆ ਵੇਖ ਕੇ ਉਦਾਸ ਥੋੜਾ ਹੁੰਦਾ, ਇਸੇ ਤਰ੍ਹਾਂ ਮੈਂ ਵੀ ਇਨਸਾਨਾਂ ਦੇ ਤੜਫਣ ਤੇ ਉਹਨਾਂ ਦੇ ਤੜਫਣ ਤੇ ਦੁਖੀ ਨਾ ਹੋਣ ਤੇ ਹੀ ਬਹਾਦਰੀ ਸਮਝਦਾ ਸਾਂ। ਪਰ ਹੁਣ ਗੁਰੂ ਦੀ ਦੱਸੀ ਹੋਈ ਦਇਆ ਮੇਰੇ ਮਨ ਵਿੱਚ ਪੈਦਾ ਹੋਣ ਲੱਗ ਪਈ। ਨਾਲੇ ਉਹਨਾਂ ਨੇ ਕਿਹਾ ਸੀ ਬਈ ਇਹ ਕੰਮ ਛੱਡ ਦੇ, ਮਾੜਾ, ਪਰ ਮੈਥੋਂ ਨਹੀਂ ਸੀ ਛੁੱਟਦਾ। ਪਰ ਹੁਣ ਜਦੋਂ ਕਿਸੇ ਨੂੰ ਖੋਵਾਂ ਤਾਂ ਦਇਆ ਉਪਜੇ। ਮੈਂ ਚਾਹਾਂ ਬਈ ਗਰੀਬਾਂ ਨੂੰ ਛੱਡ ਦਿਆਂ ਤੇ ਅਮੀਰਾਂ ਨੂੰ ਲੁੱਟਾਂ, ਪਰ ਕਈ ਵਾਰ ਪਤਾ ਨਾ ਲੱਗੇ ਬਈ ਅਮੀਰ ਏ ਕਿ ਗਰੀਬ। ਸੋ ਮੈਨੂੰ ਫਿਕਰ ਪਿਆ ਬਈ ਇਸ ਕੰਮ ਵਿੱਚ ਤੇ ਅਣਜਾਣੇ ਹੀ ਗਰੀਬ ਮਾਰ ਹੋ ਜਾਂਦੀ ਹੈ। ਇਸ ਕਰਕੇ ਮੈਂ ਕਿਹਾ ਬਈ ਕਿਸੇ ਰਾਜੇ ਦਾ ਘਰ ਭੰਨ ਕੇ ਵਰਾ ਦੋ ਵਰੇ ਆਰਾਮ ਕਰਾਂਗਾ ਤੇ ਘੱਟੋ ਘੱਟ ਨਾਲੇ ਬੇਫਿਕਰ ਹੋ ਜਾਂਗਾ ਬਈ ਕਿਸੇ ਗਰੀਬ ਮਾਰ ਤਾਂ ਮੈਂ ਨਹੀਂ ਨਾ ਕੀਤੀ। ਇਸ ਕਰਕੇ ਹੇ ਰਾਜਨ, ਮੈਂ ਤੁਹਾਡੇ ਘਰ ਚੋਰੀ ਕਰਨ ਆਇਆ ਸਾਂ ਤੇ ਇਸੇ ਗਰੀਬ ਮਾਰ ਨਾ ਹੋਣ ਦੇਣ ਦੀ ਗੱਲ ਨੇ ਮੈਨੂੰ ਤੇਰੇ ਸਾਹਮਣੇ ਲਿਆ ਖੜਾ ਕੀਤਾ ਹੈ। ਦੂਜਾ ਉਪਦੇਸ਼ ਬਈ ਲੂਣ ਖਾ ਕੇ ਬੁਰਾ ਨਹੀਂ ਕਰਨਾ, ਉਸਨੇ ਮੈਥੋਂ ਤੇਰੀ ਚੋਰੀ ਕੀਤੀ ਦੌਲਤ ਵੀ ਛੁਡਵਾ ਲਈ। ਇਸੇ ਗੱਲ ਨੇ ਬਈ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਦਾ ਜਿਨ੍ਹਾਂ ਦਾ ਕਦੇ ਵੀ ਕੁਝ ਖਾਧਾ ਸੀ ਉਹਨਾਂ ਦਾ ਬੁਰਾ ਕਰਨੋਂ ਵੀ ਰੋਕ ਲਿਆ। ਤੀਸਰਾ ਇਹ ਪ੍ਰਣ ਬਈ ਸਦਾ ਸੱਚ ਬੋਲਾਂਗਾ, ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਠੀਕ ਦੱਸ ਦੇਣ ਲਈ ਮੈਨੂੰ ਤਿਆਰ ਕਰ ਦਿੱਤਾ। ਹੁਣ ਤੁਹਾਡੀ ਮਰਜ਼ੀ, ਜੋ ਜੀ ਕਰੇ ਤੁਸੀਂ ਕਰੋ, ਮੈਂ ਭੋਗਣ ਲਈ ਤਿਆਰ ਹਾਂ। ਰਾਜਾ ਸੁਣ ਕੇ ਹੋਰ ਹੈਰਾਨ ਹੋਵੇ, ਸੋਚੇ ਬਈ ਇਸ ਦਾ ਗੁਰੂ ਤੇ ਸੱਚਮੁੱਚ ਕੋਈ ਵੱਡੀ ਅਕਲ ਦਾ ਖਜ਼ਾਨਾ ਹੈ ਕਿ ਕਿਸ ਤਰ੍ਹਾਂ ਇਹਦੇ ਕੋਲੋਂ ਸਿਆਣਪ ਤੇ ਚਤਰਾਈ ਨਾਲ ਪਾਪ ਛੁਡਾ ਦਿੱਤੇ ਸੋ। ਬੜਾ ਬੁਰਾ ਹੁੰਦਾ ਇਹ ਝੱਸ, ਪਰ ਇਹ ਕਿਵੇਂ ਉਸ ਘੇਰੇ ਵਿੱਚ ਆ ਗਿਆ ਬਈ ਇਹ ਚੋਰੀ ਕਰਨ ਵਾਲਾ ਸਾਰਾ ਝੱਸ ਆਪੇ ਖਤਮ ਹੋ ਗਿਆ। ਪਰ ਹਾਂ, ਇਸ ਦਾ ਗੁਰੂ ਨਿਰਾ ਅਕਲ ਦਾ ਖਜ਼ਾਨਾ ਹੀ ਨਹੀਂ, ਅਕਲ ਵਾਲਾ ਹੀ ਨਹੀਂ, ਉਹ ਤੇ ਜ਼ਰੂਰ ਕਿਤੇ ਬਹੁਤ ਵੱਡੇ ਤੇਜ ਜਾਂ ਸੱਤਿਆ ਵਾਲਾ ਹੈ, ਬੜੀ ਵੱਡੀ ਤਾਕਤ ਵਾਲਾ ਹੈ, ਜਿਸ ਦੇ ਆਖੇ ਦਾ ਇੰਨਾ ਡੂੰਘਾ ਅਸਰ ਡਾਕੂਆਂ ਤੇ ਚੋਰਾਂ ਤੇ ਵੀ ਹੋ ਜਾਂਦਾ। ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਫਿਰ ਰਾਜਾ ਖੁਸ਼ੀ ਨਾਲ ਮੁਸਕਰਾਇਆ ਤੇ ਕਹਿਣ ਲੱਗਾ, ਤੇਰਾ ਗੁਰੂ ਕਿੱਥੇ ਹੈ? ਉਹ ਮੀਆਂ ਕਹਿਣ ਲੱਗਾ, ਜੀ ਉਹ ਤੇ ਆਪਣੇ ਰੰਗ ਵਿੱਚ ਆਏ ਸਨ ਤੇ ਆਪਣੇ ਰੰਗ ਵਿੱਚ ਚਲੇ ਗਏ, ਪਤਾ ਨਹੀਂ ਕਿੱਧਰ। ਰਾਜੇ ਨੇ ਪੁੱਛਿਆ, ਉਹਨਾਂ ਦਾ ਨਾਂ ਕੀ ਹੈ? ਉਹ ਮੀਆਂ ਕਹਿਣ ਲੱਗਾ, ਜੀ ਮੈਂ ਤੇ ਨਹੀਂ ਸਾਂ ਪੁੱਛ ਸਕਿਆ, ਪਰ ਬਾਅਦ ਵਿੱਚ ਲੋਕਾਂ ਨੇ ਮੈਨੂੰ ਦੱਸਿਆ ਬਈ ਉਹ ਤੇ ਗੁਰੂ ਨਾਨਕ ਦੇਵ ਜੀ ਸਨ ਜਿਹੜੇ ਲਾਹੌਰ ਦੇ ਇਲਾਕੇ ਤੋਂ ਆਏ ਸਨ। ਗੁਰੂ ਨਾਨਕ ਦਾ ਨਾਂ ਸੁਣਦੇ ਹੀ ਰਾਜਾ ਕੰਬ ਗਿਆ ਤੇ ਕੰਬ ਕੇ ਕਹਿਣ ਲੱਗਾ, ਓਹੋ, ਗੁਰੂ ਨਾਨਕ ਆਏ ਸਨ? ਇੱਥੋਂ ਲੰਘ ਗਏ ਨੇ? ਅਫਸੋਸ, ਮੈਨੂੰ ਦਰਸ਼ਨ ਨਾ ਹੋਏ। ਫਿਰ ਭੂਮੀਆਂ ਨੂੰ ਆਖਣ ਲੱਗਾ, ਸੁਣ ਭਾਈ, ਤੂੰ ਅੱਜ ਆਪਣੇ ਮੂੰਹ ਆਪਣੇ ਪਾਪਾਂ ਨੂੰ ਮੰਨਿਆ। ਮੈਨੂੰ ਚਾਹੀਦਾ ਸੀ ਬਈ ਤੈਨੂੰ ਦੰਡ ਦਿਆਂ,
ਪਰ ਜੇ ਤੂੰ ਦੰਡ ਲਵੇਂ ਤੇ ਕੈਦ ਵਿੱਚ ਜਾਏਗਾ, ਉੱਥੇ ਤੇਰੇ ਵਰਗੇ ਹੋਰ ਤੈਨੂੰ ਮਿਲਣਗੇ। ਮੈਨੂੰ ਡਰ ਹੈ ਵੀ ਫਿਰ ਤੂੰ ਉਹਨਾਂ ਦੇ ਭੈੜੇ ਕੁਸੰਗ ਨਾਲ ਫਿਰ ਪਾਪਾਂ ਵਿੱਚ ਪੈ ਜਾਏਗਾ। ਜੇ ਮੈਂ ਤੈਨੂੰ ਛੱਡਦਾ ਤੇ ਨਿਆਣੇ ਪੂਰਾ ਹੁੰਦਾ, ਪਰ ਅਸਲ ਨਿਆਂ ਪਾਪੀਆਂ ਨੂੰ ਸੁਧਾਰ ਦੇਣਾ। ਮੈਨੂੰ ਜਾਪਦਾ ਹੈ ਕਿ ਮੇਰੇ ਤੋਂ ਵੀ ਵੱਡਾ ਬ੍ਰਹਮ ਲੋਕ ਦਾ ਰਾਜਾ ਤੈਨੂੰ ਦੰਡ ਵੀ ਦੇ ਗਿਆ ਤੇ ਸੁਧਾਰ ਵੀ ਗਿਆ। ਤੂੰ ਜਿਹੜਾ ਪੁੰਨੀ ਮਸ਼ਹੂਰ ਸੈਨਾ ਅੱਜ ਪਾਪੀ ਪ੍ਰਸਿੱਧ ਹੋ ਗਿਆ, ਵੇਖਣਾ ਇੱਜ਼ਤ ਜੀਵਨ ਹੁੰਦੀ ਤੇ ਬੇਇੱਜ਼ਤੀ ਮਰਨਾ। ਹੁਣ ਵੇਖੇ ਨਾ, ਬੇਇੱਜ਼ਤੀ ਦੀ ਮੌਤ ਦਾ ਦੰਡ ਤੈਨੂੰ ਆਪੇ ਮਿਲ ਗਿਆ, ਬਾਕੀ ਉਹ ਤੈਨੂੰ ਸੁਧਾਰ ਦੇ ਇਹੋ ਜਿਹਾ ਰਸਤੇ ਪਾ ਗਿਆ ਜਿੱਥੇ ਤੂੰ ਆਪੇ ਸੁਧਰ ਜਾਣਾ, ਜਾਂ ਸ਼ਾਇਦ ਸੁਧਰ ਹੀ ਗਿਆ ਹੋਵੇ। ਚੋਰੀ ਤੂੰ ਹੁਣ ਕਰ ਨਹੀਂ ਸਕਦਾ, ਡਾਕਾ ਮਾਰ ਨਹੀਂ ਸਕਦਾ, ਕਿਉਂਕਿ ਇਹਦੇ ਵਿੱਚ ਗਰੀਬ ਮਾਰ ਹੁੰਦੀ ਹੈ। ਅਮੀਰਾਂ ਨੂੰ ਤੇ ਰਾਜਿਆਂ ਨੂੰ ਤੂੰ ਲੁੱਟ ਨਹੀਂ ਸਕਦਾ, ਕਿਉਂਕਿ ਜਦੋਂ ਕਿਤੇ ਸ਼ੱਕ ਹੋਇਆ ਸਭ ਤੋਂ ਪਹਿਲਾਂ ਤੈਨੂੰ ਪੁੱਛਿਆ ਜਾਣਾ ਤੇ ਤੂੰ ਸੱਚ ਬੋਲਣਾ, ਇਸ ਤਰ੍ਹਾਂ ਤੂੰ ਆਪੇ ਹੀ ਫੜੇ ਜਾਣਾ। ਇਸ ਲਈ ਨਾ ਮਿੱਤਰਾ, ਹੁਣ ਤੇਰੇ ਲਈ ਚੋਰੀ ਕਰਨੀ ਜਾਂ ਡਾਕਾ ਮਾਰ ਸਕਣਾ ਔਖਾ ਹੋ ਗਿਆ। ਤੈਨੂੰ ਤੇਰੇ ਸੱਚੇ ਵੈਦ ਸਤਿਗੁਰੂ ਨੇ ਇਹੋ ਜਿਹਾ ਦਾਰੂ ਦਿੱਤਾ ਹੈ ਵੀ ਤੂੰ ਹੁਣ ਆਪੇ ਹੀ ਸਾਧ ਬਣ ਜਾਏਗਾ। ਪਰ ਸ਼ਾਬਾਸ਼ ਹੈ ਤੈਨੂੰ ਵੀ ਤੂੰ ਆਪਣੇ ਗੁਰੂ ਨਾਲ ਕੀਤੇ ਹੋਏ ਵਾਅਦੇ ਉੱਤੇ ਪਹਿਰਾ ਦਿੱਤਾ ਹੈ ਤੇ ਜਾਨ ਖਤਰੇ ਵਿੱਚ ਪਾ ਕੇ ਵੀ ਹੁਕਮ ਨੂੰ ਪਾਲਿਆ। ਸੋ ਜਦੋਂ ਮੈਂ ਵੇਖਣਾ ਬਈ ਹੁਣ ਤੇਰਾ ਪੜਾ ਹੋ ਚੱਲਿਆ ਤੇ ਨਾਲੇ ਤੇਰੇ ਵਿੱਚ ਬਲ ਹੈ, ਸਾਹਸ ਹੈ, ਅਣਖ ਹੈ, ਸੱਚ ਤੇ ਪਹਿਰਾ ਦੇਣ ਦਾ ਹੀ ਹੈ, ਹੁਣ ਇਹਨਾਂ ਗੁਣਾਂ ਨਾਲ ਤੇਰਾ ਇੰਨਾ ਭਲਾ ਹੋ ਜਾਣਾ ਬਈ ਹੁਣ ਤੇ ਮਹਾਤਮਾ ਵੀ ਤੇਰੇ ਦਰਸ਼ਨ ਕਰਨ ਆਇਆ ਕਰਨਗੇ। ਸੋ ਜਾ, ਮੈਂ ਤੈਨੂੰ ਖਿਮਾ ਕਰਨਾ, ਤੈਨੂੰ ਛੱਡਣਾ, ਪਰ ਮੇਰੀ ਅੱਖ ਤੇਰੇ ਤੇ ਰਹੇਗੀ ਇਹ ਵੇਖਣ ਲਈ ਬਈ ਤੂੰ ਗੁਰੂ ਦੇ ਰਾਹ ਤੇ ਤੁਰਦਾ ਕਿ ਨਹੀਂ ਤੁਰਦਾ, ਕਿਤੇ ਪ੍ਰਜਾ ਨੂੰ ਦੁੱਖ ਤਾਂ ਨਹੀਂ ਦੇ ਰਿਹਾ। ਕੁਝ ਸਮਾਂ ਲੰਘ ਗਿਆ, ਭੂਮੀਆ ਸੱਚਮੁੱਚ ਦਾ ਸੰਤ ਹੋ ਗਿਆ, ਪਾਪ ਕਰਮ ਉਸ ਦੇ ਸਾਰੇ ਛੁੱਟ ਗਏ, ਦਇਆ ਵਾਲੇ ਪੁੰਨ ਦਾਨ ਵਾਲੇ ਕਰਮ ਉਹਦੇ ਵਿੱਚ ਵਸ ਗਏ, ਸੱਚ ਟਿਕ ਗਿਆ ਉਸ ਦੇ ਅੰਦਰ, ਜਿਸ ਨੇ ਸਾਰੇ ਪਾਪ ਧੋ ਕੇ ਕੱਢ ਦਿੱਤੇ, ਨਾਮ ਨੇ ਉਸਦਾ ਅੰਦਰ ਸਵੱਛ ਕਰ ਦਿੱਤਾ ਅਤੇ ਨਿਰਮਲ ਕਰ ਦਿੱਤਾ ਪਿਛਲੇ ਕਰਮਾਂ ਦੀ ਕਾਈ ਨੂੰ, ਨਾਮ ਨੇ ਉਸ ਅੰਦਰ ਨੇਕੀ ਦਾ ਬਲ ਭਰ ਦਿੱਤਾ ਤੇ ਨਾਮ ਨੇ ਰਸ ਲਾ ਦਿੱਤਾ ਆਤਮ ਰਸ। ਭੂਮੀਏ ਦਾ ਹੁਣ ਦਾ ਹਾਲ ਵੇਖ ਕੇ ਰਾਜੇ ਨੂੰ ਇਹ ਵਿਸ਼ਵਾਸ ਹੋ ਗਿਆ ਬਈ ਇਹ ਤੇ ਸੰਤ ਹੋ ਗਿਆ, ਤਾਂ ਉਸਨੇ ਭੂਮੀਏ ਨੂੰ ਸੱਦ ਕੇ ਕਿਹਾ, ਮੈਂ ਤੈਨੂੰ ਗੁਰੂ ਧਾਰਨ ਕਰਨਾ, ਤੂੰ ਮੈਨੂੰ ਸਿੱਖਿਆ ਦੇ। ਤਾਂ ਭੂਮੀਏ ਨੇ ਆਖਿਆ, ਰਾਜਨ ਮੈਂ ਤੇ ਹਾਲਾਂ ਸਿੱਖ ਵੀ ਨਹੀਂ ਹੋਇਆ, ਗੁਰੂ ਤਾਂ ਉਹ ਆਪ ਹੈ ਜਿਨੇ ਮੇਰੇ ਵਰਗੇ ਪਾਪੀਆਂ ਨੂੰ ਵੀ ਪਾਪ ਵਿੱਚੋਂ ਕੱਢ ਕੇ ਮਿਹਰ ਦੇ ਰੰਗ ਵਿੱਚ ਪਹੁੰਚਾ ਦਿੱਤਾ। ਹੇ ਰਾਜਾ, ਇਹ ਸਭ ਤੋਂ ਵੱਡੀ ਮਿਹਰ ਹੈ ਨਾਮ ਦੇ ਰਸ ਵਿੱਚ ਪਹੁੰਚ ਪੈਣਾ। ਮੈਨੂੰ ਹੁਣ ਸੋਝ ਆਈ ਹੈ, ਮਿਹਰ ਹੈ ਨਾਮ ਦਾ ਰਸ, ਬ੍ਰਹਮ ਆਨੰਦ। ਜੇ ਤੂੰ ਚਾਹੁੰਦਾ ਤਾਂ ਗੁਰੂ ਨਾਨਕ ਨੂੰ ਗੁਰੂ ਧਾਰਨ ਕਰ। ਰਾਜੇ ਨੇ ਕਿਹਾ, ਉਹ ਕਿੱਥੇ ਨੇ? ਤਾਂ ਭੂਮੀ ਨੇ ਕਿਹਾ, ਉਹ ਵੈਸੇ ਤੇ ਦੂਰ ਚਲੇ ਗਏ ਨੇ, ਪਰ ਨਾ ਉਹ ਜਾਣਨਹਾਰ ਨੇ, ਅੰਤਰਜਾਮੀ ਨੇ, ਪ੍ਰੇਮ ਦੀ ਆਵਾਜ਼ ਦੂਰ ਤੋਂ ਹੀ ਸੁਣਦੇ ਨੇ ਤੇ ਪ੍ਰੇਮ ਕਰਕੇ ਭਾਵ ਕਰਕੇ ਪ੍ਰਗਟ ਹੋ ਜਾਂਦੇ ਨੇ। ਤੂੰ ਧਰਮਸ਼ਾਲਾ ਬਣਾ ਜਿੱਥੇ ਕੀਰਤਨ ਹੋਵੇ, ਆਪ ਵੀ ਆ ਕੇ ਸੁਣਿਆ ਕਰ। ਰਾਜਾ ਤੂੰ ਆਪ ਕੀਰਤਨ ਕਰ, ਕੀਰਤਨ ਉਸ ਬਾਣੀ ਦਾ ਹੋਵੇ ਜਿਹੜੀ ਮੇਰੇ ਗੁਰੂ ਨੇ ਰਚੀ ਹੈ, ਜਿਹੜੀ ਮੇਰੇ ਡੇਰੇ ਵਿੱਚ ਕੁਝ ਸੱਜਣ ਹੋਣ ਬਾਣੀ ਦਾ ਕੀਰਤਨ ਕਰਦੇ ਨੇ। ਗੁਰੂ ਜੀ ਤੇ ਉਦੋਂ ਚਲੇ ਗਏ ਸਨ
ਪਰ ਮੇਰੇ ਸੇਵਕ ਜਾ ਕੇ ਨਾ ਨੂਰ ਸ਼ਾਹ ਤੋਂ ਗੁਰੂ ਜੀ ਦੀ ਕੁਝ ਬਾਣੀ ਲੈ ਕੇ ਲੈ ਆਏ ਨੇ ਤੇ ਅਸੀਂ ਉਹਨਾਂ ਦਾ ਕੀਰਤਨ ਕਰਦੇ ਹਾਂ। ਸੋ ਮਿੱਤਰਾ, ਜੇ ਸ਼ਰਧਾ ਬਣ ਗਈ ਹੈ ਤੇ ਧਰਮਸ਼ਾਲਾ ਪੁਆ ਤੇ ਕੰਮ ਕਰ। ਮੇਰੇ ਘਰ ਹੁਣ ਉਹ ਸਦਾ ਦਾ ਲੰਗਰ ਤੇ ਨਹੀਂ ਰਿਹਾ, ਪਰ ਗੁਰੂ ਦਾ ਲੰਗਰ ਹੈਗਾ। ਜਿੰਨਾ ਮੇਰਾ ਵਿੱਤ ਹੈ ਉਸ ਮੁਜਬ ਜੋ ਧਰਮ ਨਾਲ ਆਉਂਦਾ ਮੈਂ ਵੰਡ ਛਕਣਾ। ਰਾਜੇ ਨੇ ਧਰਮਸ਼ਾਲਾ ਬਣਾ ਲਈ ਤੇ ਧਰਮਸ਼ਾਲਾ ਨਾਲ ਲੰਗਰ ਲਾ ਦਿੱਤਾ ਗੁਰੂ ਨਾਨਕ ਦੇ ਨਾਮ ਦਾ। ਜੋ ਕੋਈ ਆਵੇ, ਅਤਿਥੀ, ਪਰਦੇਸੀ, ਲੋੜਵੰਦ, ਸਾਧ ਸੰਤ, ਉਥੇ ਪ੍ਰਸ਼ਾਦਾ ਛਕੇ। ਤੀਜੇ ਪੈਰ ਉਥੇ ਕੀਰਤਨ ਵੀ ਹੋਵੇ। ਭੂਮੀਏ ਦੇ ਸੇਵਕ ਜਿਹੜੇ ਹੁਣ ਗੁਰੂ ਕੇ ਸਿੱਖ ਸਦਾਉਂਦੇ ਸਨ, ਕੀਰਤਨ ਕਰਿਆ ਕਰਨ। ਦੂਰੋਂ ਨੇੜਿਓਂ ਵੀ ਸਿੱਖ ਕਦੇ ਕਦੇ ਆ ਜੁੜਦੇ ਸਨ। ਰਾਜਾ ਆਪ ਕੀਰਤਨ ਸੁਣਨ ਆ ਜਾਇਆ ਕਰੇ, ਕਈ ਹੋਰਾਂ ਨੂੰ ਵੀ ਪ੍ਰੇਮ ਵਾਲਾ ਭਾਗ ਜਾਗ ਉੱਠਿਆ। ਭੂਮੀਏ ਤੇ ਰਾਜੇ ਦੀ ਇੰਨੀ ਤਸੱਲੀ ਹੋਈ ਬਈ ਰਾਜੇ ਨੇ ਭੂਮੀਏ ਨੂੰ ਆਪਣੇ ਵਜ਼ੀਰਾਂ ਵਿੱਚ ਰੱਖ ਲਿਆ। ਬਈ ਜਿਹੜਾ ਸੱਚਾ, ਭਲਾ, ਦਇਆਵਾਨ ਹੈ ਤੇ ਮਨ ਵਿੱਚ ਬਲ ਰੱਖਦਾ ਨੇਕੀ ਦਾ ਤੇ ਡਰ ਰੱਖਦਾ ਰੱਬ ਦਾ, ਇਹ ਰਾਜ ਦੇ ਕੰਮ ਧਰਮ ਨਾਲ ਕਰੇਗਾ। ਹੁਣ ਰਾਜਾ ਆਪ ਇਹ ਅਰਦਾਸ ਕਰੇ, ਹੇ ਗੁਰੂ ਨਾਨਕ, ਤੇਰੇ ਦੀਦਾਰ ਕਦੋਂ ਹੋਣਗੇ? ਕਿਰਪਾ ਕਰ, ਮੈਂ ਵੀ ਤੇਰੇ ਦਰਸ਼ਨ ਕਰਾਂ ਤੇ ਮੇਰੇ ਮਨ ਦੀ ਮੁਰਾਦ ਵੀ ਪੂਰੀ ਹੋਵੇ। ਭੂਮੀਆਂ, ਜਿਹੜਾ ਭੂਮੀ ਤੇ ਭਾਰ ਸੀ ਤੇ ਪਾਪਾਂ ਦਾ ਮੋਢੀ ਸੀ, ਹੁਣ ਪਿਆਰ, ਧਰਮ ਤੇ ਸੱਚੇ ਨਾਮ ਦਾ ਪ੍ਰਚਾਰ ਕਰਨ ਵਾਲਾ ਹੋ ਗਿਆ। ਧੰਨ ਗੁਰੂ ਨਾਨਕ ਦੇਵ, ਜਿਸ ਨੇ ਕੰਡਿਆਂ ਦੇ ਦਰਖਤ ਨੂੰ ਵੀ ਚੰਦਨ ਬਣਾ ਦਿੱਤਾ। ਉਹ ਤਰ ਗਏ ਸਾਡੇ ਨਿਸਤਾਰੇ ਲਈ, ਉਹਨਾਂ ਚੰਦਨ ਬਣਿਆ ਦੇ ਜੀਵਨ ਪੂਰਨੇ ਬਣ ਗਏ ਸਾਨੂੰ ਸੁਮਤ ਵੱਲ ਲਾਉਣ ਲਈ। ਸੋ ਭਾਈ, ਜੇ ਅਸੀਂ ਸੱਚਮੁੱਚ ਉਸ ਗੁਰੂ ਦਾ ਪ੍ਰਕਾਸ਼ ਦਿਵਸ ਮਨਾਉਣੇ ਆ, ਜੇ ਅਸੀਂ ਸੱਚਮੁੱਚ ਉਸ ਗੁਰੂ ਨੂੰ ਪਿਆਰ ਕਰਨੇ ਆ, ਤਾਂ ਭਾਈ ਸਾਡਾ ਇਹ ਫਰਜ਼ ਹੈ, ਅਸੀਂ ਚਾਹੀਏ ਕਿ ਅਸੀਂ ਆਪਣਾ ਆਪਾ ਗੁਰੂ ਦੇ ਅੱਗੇ ਧਰ ਦੇਈਏ ਤੇ ਉਹ ਮਿਹਰਬਾਨ ਸਤਿਗੁਰੂ ਸਾਡੇ ਪਾਪ ਲੈ ਕੇ ਸਾਨੂੰ ਨਿਰਮਲ ਕਰਕੇ ਪਤਿਤ ਪਾਵਨ ਬਣ ਕੇ ਸਾਡਾ ਜੀਵਨ ਨਿਰਮਲਤਾ ਤੇ ਵਾਹਿਗੁਰੂ ਦੇ ਪਿਆਰ ਵਿੱਚ ਰੰਗ ਦੇਵੇ ਤੇ ਹਰ ਹਾਲ ਉਹ ਕਿਰਪਾ ਕਰੇਗਾ। ਜਦੋਂ ਸਤਿਗੁਰੂ ਜੀ ਨੇ ਸਾਲਸਰਾਏ ਜੌਹਰੀ ਨੂੰ ਸਿੱਖੀ ਦਾਨ ਦੇ ਕੇ ਫਿਰ ਮੰਜੀ ਬਖਸ਼ ਦਿੱਤੀ ਅਤੇ ਉਸਦੇ ਦਾਸ ਅਦਰਕੇ ਨੂੰ ਮਗਰੋਂ ਸੇਵਾ ਕਰਨ ਵਾਲਾ ਥਾਪਿਆ, ਤਾਂ ਉਹ ਗੁਰੂ ਜੀ ਦੇ ਗੁਣ ਗਾਉਂਦਾ ਗੁਰੂ ਦੇ ਸ਼ੁਕਰਾਨੇ ਵਿੱਚ ਉੱਥੇ ਟਿਕਿਆ ਰਿਹਾ। ਸਾਲਸਰਾਏ ਨੇ ਵੀ ਗੁਰੂ ਜੀ ਦੇ ਗੁਣ ਕਥਨ ਕੀਤੇ, ਕਵਿਤਾ ਰਚੀ ਤੇ ਗਾਈ। ਉਹਨਾਂ ਦੀ ਰਚਨਾ ਦਾ ਇੱਕ ਛੰਦ ਅੱਜ ਤੱਕ ਮਿਲਦਾ ਹੈ, ਜਿਸ ਤੋਂ ਉਸ ਸਮੇਂ ਦੀ ਗੁਰੂ ਜੀ ਦੀ ਵਡਿਆਈ ਦੀ ਆਵਾਜ਼ ਅੱਜ ਤੱਕ ਸਾਡੇ ਤੱਕ ਪਹੁੰਚਦੀ ਹੈ, ਜੋ ਇਸ ਤਰ੍ਹਾਂ। ਬਿਲਾਵਲ ਸਾਲਸਰਾਏ ਜੀ ਕੀ। ਸਤਿਗੁਰਦਾਤਾ ਨਾਮ ਕਾ ਦੀਨੇ ਖੋਲ ਕਪਾਟ, ਏਕ ਜੋ ਵਣਜਾ ਵਣਜਿਆ ਬੌਰ ਨਾ ਆਵੇ ਘਾਟ, ਸਤਿਗੁਰੂ ਨਾਨਕ ਪੂਰਾ ਬਚਨ ਕਾ ਸੂਰਾ ਰਹਾਓ। ਅਗਮ ਨਿਗਮ ਦਿਖਲਾਵਤਾ ਖੋਲੇ ਨੇਤਰ ਅਨੰਤ, ਜਗ ਵਣਜਾਰਾ ਏਕ ਹੈ ਸ਼ਾਹ ਏਕ ਭਗਵੰਤ, ਵਣਜ ਹਮਾਰਾ ਸਤਿਗੁਰੂ ਪੂੰਜੀ ਹਮਰੀ ਨਾਮ, ਆਠ ਪਹਿਰ ਧੁਨ ਲਗ ਰਹੇ ਯਹੀ ਹਮਾਰੇ ਕਾਮ, ਸਾਲਸ ਬਿਨਵੈ ਬੇਨਤੀ ਤੂੰ ਸੁਣ ਲੈ ਕਰਤਾਰ, ਕਾਚੇ ਰੰਗ ਉਤਾਰ ਕੇ ਸਾਚੇ ਰੰਗ ਅਪਾਰ। ਐਸੇ ਪਿਆਰੇ ਸਾਲਸ ਰਾਏ ਨੂੰ ਤਾਰ ਕੇ ਸਤਿਗੁਰੂ ਜੀ ਉਥੋਂ ਤੁਰ ਪਏ। ਉਪਕਾਰੀ ਬੱਦਲ ਵਾਂਗ ਕਿਤੇ ਹੋਰ ਵਸਣ ਦੇ ਲਈ
आप अगां चले ते पहुंच गए राजगिरी। इथे मेला लगा होया सी। मेले ते कई नास्तक लोकां नू आस्तक बना के आप जी गया पहुंचे। आप जी दा सुंदर अते तेज जबे वाला नुरानी चेहरा वेख के पंडे भी आ गए ते आखन लगे, जी पिंड भराओ, पितरां दा निस्तारा करवा लो। तां बाबे जी ने आख्या, असी अपने पितरां दा ते अपने सतसंगियां दा ते अपना भी दीवा ते किरिया कर्म करा छड़िया है, अते ऐसी किरिया कीती है कि जो अज्ञान दा हनेरा सब मिट गया ते सद गति हो गई है। सुरग ते नरक जेड़े ने सो अज्ञान विखे ने, जिन्ना ने नाम दा दीवा बालिया उन्हां दा उदार हो गया। इस प्रथाए श्री बाबा जी ने आसा राग विच शब्द गाविया, आसा महला पहला। दीवा मेरा एक नाम दुख विच पाया तेल, उन चानन ओह सुखिया चूका जम स्यों मेल, लोका मत को फकड़ पाए, लख मड़िया कर एक कठे एक रत्ती ले पाहे रहाओ। पिंड पत्तल मेरी केशव किरिया सच नाम करतार, एथे उथे आगे पाछे ए मेरा आधार, गंग बनारस सिफत तुम्हारी नावै आत्म राओ, सच्चा नावण तांथी है जां एनस लागै पाओ, ए लोकी होर छमिछरी बामण वट पिंड खाए, नानक पिंड बख्शीश का कबहू निखूटस नाहे। अर्थात मेरा दीवा एक परमेश्वर दा नाम सिमरन करना है ते उस विच तेल पाया मैं अपने दुखां दा, दीवा बलदा तां ओ मैनू वाहिगुरु दे मिलाप दे राह दा चानण देंदा जांदा है ते दूजे पासे मेरे दुख घटदे जांदे ने, जिवें दीवा बलन नाल तेल घट जांदा है। जे कोई शंका करे कि दुख तां कर्मां दा फल ने, अवश्य भुगणे पैंदे ने। गुरु जी आखदे हन, हे लोको, इस व्यर्थ ख्याल विच ना पैणा कि कर्म नहीं सड़ सकदे। जिवें सैकड़े मण लकड़ी एक रत्ती अग उस विच रख दईए तां ओ सारी दी सारी लकड़ सड़ के सुआह हो जांदी है, इसे तरह नाम दी चंगियाड़ी नाल सारे कर्म सड़ जांदे ने। पिंड ते पत्तल मेरा वाहिगुरु है ते मेरी किरिया करतार दा सच्चा नाम है। लोक ते प्रलोक विच ते अगे पिछे एहाई मेरा आधार है, हे वाहिगुरु तेरी सिफत करनी मेरी गंगा ते कांशी दा तीरथ है ते इसे विच मेरी आत्मा इशनान कर दी है। हां, सच्चा इशनान तां हुंदा है जे दिन रात वाहिगुरु दे नाम विच प्रीत बन जावे। ब्राह्मण जेडे पिंड भरांदे ने ते पितरां नू देवतियां नाल रलाउण वास्ते हुंदे ने, पर सानू वाहिगुरु दी बख्शिश दा पिंड प्राप्त हो गया जो कदे मुकदा ही नहीं, भाव ओ सानू अनंत वाहिगुरु नाल मिला देंदा है। तां सारे पंडे गुरु जी दे चरणां ते डिग पए।